असी तुहानूं नवां शहर दे अजिहे शोरूम च लैके आए हैं जिथे कीमत सीमित है और तुसी खुश हो जाओगे। तुसी भी कहोगे इंपॉसिबल नूं इन्होंने पॉसिबल कर दिता। बेस्ट जिहड़ा ऑफर है इहदे उत्ते लगाया होया जी जी 8 किलो की वाशिंग मशीन 16,990 रुपए की इस वे ऑफर प्राइस 8,990 रुपए। हाँ जी अद्धो अद्धा फर्क है जी दिवाली करके। मैं तुहानू पहले ही कहा कीमत सीमित अद्धो अद्धी का फर्क 17,000 की वाशिंग मशीन तुहानू लगभग 17,000 की तुहानू 8,990 जे मैं कह मेरा मान तुहानू रख लो 8,990 जे कोई वीडियो शेयर करके भैन जां भरां दा रख सकदे आ जिहड़ा बंदा वीडियो शेयर करके आऊगा उहनू कुछ एडिशनल डिस्काउंट होर दित्ता जाऊ। वाशिंग मशीन 9 किलो विच 2 रेंज आंदी है सब ना वधिया गल इहदी इहदी भी 3 साल की कंप्लीट वारंटी है। लो जी डिमांड समझ गई कंपनी 3 साल की कंप्लीट वारंटी आ गई 10 साल की मोटर की गारंटी आ गई उस तो बाद 1999 रुपए की आसान किश्त घर लेके जा सकते हैं। ठीक है जी फ्रंट लोड 1999 टॉप लोड 1499। अच्छा हैंडल बहुत अच्छा दिता हैंडल आज तुसी आ देखो यूज करके देखो चला के देखो एक बारी स्मूथ है हां इसी भी जेंटल वॉश है वेरी नाइस एलईडी ਤੁਹਾਨੂੰ ਦਿਖਾ ਦਿੰਨੇ ਆ 32 ਇੰਚ ਐਲਈਡੀ 6,990 ਰੁਪਏ ਦੇ ਵਿੱਚ 1 ਸਾਲ ਦੀ ਵਾਰੰਟੀ ਦੇ ਨਾਲ ਝੂਠ ਨਹੀਂ ਚੱਲਣਾ ਝੂਠ ਬਿਲਕੁਲ ਨਹੀਂ ਬੋਲਣਾ 6,990 ਰੁਪਏ 32 ਇੰਚ ਮੈਂ ਇਹ ਕਹਿ ਕੇ ਆਇਆ ਕੀਮਤ ਸੀਮਤ ਹੈ ਮੈਂ ਇਹ ਨਹੀਂ ਕਿਹਾ ਕਿ ਫ੍ਰੀ ਦੇ ਮੁੱਲ ਤੇ ਦੇ ਦੇਣੀ ਹੈ ਜੀ ਇਹਦੀ 6,990 ਰੁਪਏ ਦੀ 1 ਸਾਲ ਦੀ ਵਾਰੰਟੀ ਦੇ ਨਾਲ 32 ਇੰਚ 6,990 ਦੀ ਕਿਤੇ ਨਹੀਂ ਮਿਲਣੀ ਸੱਚੀ ਜਿੱਥੇ ਮਰਜ਼ੀ ਘੁੰਮ ਲਈਓ ਮੈਂ ਬਹੁਤ ਵੀਡੀਓਜ਼ ਕਰ ਚੁੱਕਾ ਕਈ ਸਾਲਾਂ ਤੋਂ ਕਰਦਾ ਆਹ ਰੇਟ ਕਦੇ ਨਹੀਂ ਮਿਲਿਆ ਇਹਦੇ ਵਿੱਚ ਨਿਊ ਆਪਸ਼ਨ ਦੇਤਾ ਕਿਸੇ ਕੰਪਨੀ 'ਚ ਨਹੀਂ ਹੈਗਾ ਜੈਂਟਲ ਵਾਸ਼ ਦਾ ਇਹ ਜੈਂਟਲ ਵਾਸ਼ ਕੀ ਹੈ ਸਮਝਾਓ ਸਰ ਜੈਂਟਲ ਵਾਸ਼ ਇਦਾਂ ਜਿਹੜਾ ਲੇਡੀਜ਼ ਦੇ ਹੈਵੀ ਸੂਟ ਹੁੰਦੇ ਆ ਜਿਹੜੇ ਇੱਕ ਦਿਨ ਮੈਰਿਜ 'ਚ ਪੈਂਦੇ ਆ ਸ਼ੀਸ਼ੇ ਸ਼ੂਸ਼ੇ ਲੱਗੇ ਹੁੰਦੇ ਆ ਮੋਤੀ ਲੱਗੇ ਹੁੰਦੇ ਆ ਉਹ ਝੜ ਜਾਂਦੇ ਜਦੋਂ ਉਹ ਝੜ ਜਾਂਦੇ ਧੋਨੇ ਆ ਜੇ ਹੱਥ ਨਾਲ ਧੋਨੇ ਤਾਂ ਵੀ ਝੜ ਜਾਂਦੇ ਵਾਸ਼ਿੰਗ ਮਸ਼ੀਨ ਧੋਨੇ ਆ ਤਾਂ ਵੀ ਝੜ ਜਾਂਦੇ ਆ ਇਹਦੇ ਵਿੱਚ ਨਹੀਂ ਝੜਨਗੇ ਕਿਉਂਕਿ ਇਹ ਪਰਸੇਲਟਰ ਤੋਂ ਉੱਪਰ ਉਹਨਾਂ ਨੇ ਜਾਲੀ ਦੇ ਦਿੱਤੀ ਆ ਜਿਹਨੂੰ ਜੈਂਟਲ ਵਾਸ਼ ਕਹਿੰਦੇ ਆ ਉਹ ਜੋ ਪਰਸੇਲਟਰ ਘੁੰਮਦਾ ਉਹ ਪਰਸੇਲਟਰ ਦੇ ਨਾਲ ਅਟੈਚ ਨਹੀਂ ਹੁੰਦੇ ਸੂਟ ਤੁਹਾਡੇ ਉੱਪਰ ਹੀ ਵਾਸ਼ ਹੋ ਜਾਂਦੇ ਆ ਤੁਹਾਡੇ ਜਿਹੜੇ ਵੀ ਡਰਾਈ ਕਲੀਨ ਦੇ ਤੁਹਾਡੇ ਪੈਸੇ ਉਹ ਇਸ ਤੇ ਬਚਾਉਂਦੀ ਹੈ ਮਸ਼ੀਨ ਤੇ ਫਿਰ ਜੈਂਟਲ ਵਾਸ਼ 47 ਇੰਚ ਦੀ ਐਲਈਡੀ ਅੱਛਾ ਜੀ 15,900 ਰੁਪਏ ਵਾਲੀ ਨਾਲ ਉਹਦੇ 25 ਲੀਟਰ ਦਾ ਗੀਜ਼ਰ ਫ੍ਰੀ। ਅੱਛਾ ਇਹ ਤਾਂ ਬਹੁਤ ਮੈਂ ਕਹਿੰਦਾ ਇੰਪ੍ਰੈਸਿਵ ਤੁਸੀਂ ਜਿਹੜੀ ਆਫਰ ਲਾ ਦਿੱਤੀ ਆ 43 ਇੰਚ ਦੀ ਜਿਹੜੀ ਐਲਈਡੀ ਆ 15,000 ਦੀ ਕਹਿ ਰਹੇ ਹੋ ਉਹਦੇ ਨਾਲ 25 ਲੀਟਰ ਦਾ ਤੁਸੀਂ ਗੀਜ਼ਰ ਦੇ ਰਹੇ ਹੋ 15,990 ਰੁਪਏ ਦੀ ਨਾਲ 25 ਲੀਟਰ ਮੈਂ 990 ਸੁਣਦਾ ਨਹੀਂ ਨਾ ਅੱਜ ਕੱਲ੍ਹ ਆਪਾਂ 15,000 ਕਰਾ ਦੇਣਾ। ਪੈਨਾਸੋਨਿਕ ਕੰਪਨੀ ਦੀ ਐਲਈਡੀ 67,900 ਰੁਪਏ ਵਾਲੀ 46,900 ਰੁਪਏ ਦੇ ਵਿੱਚ 6,000 ਤੱਕ ਕੈਸ਼ਬੈਕ ਏਅਰ ਫਰਾਇਰ ਇਹਦੇ ਨਾਲ ਵੀ ਫ੍ਰੀ ਹੈ ਜੀ। ਸਰ ਮੈਂ ਪਿੱਛੇ ਜਿਹਾ 43 ਇੰਚ ਦੀ ਐਲਈਡੀ ਲਈ ਹੁਣ ਮੈਂ ਪਛਤਾ ਰਿਹਾ ਮੈਂ ਕਿਉਂ ਉਹ ਲੈ ਲਈ ਪ੍ਰਾਈਸ ਵੱਧ ਦੇ ਦਿੱਤੇ ਆਹ ਦੇਖੋ ਕਿੰਨੀ ਅੱਛੀ ਕੁਆਲਿਟੀ ਐਂ ਲੱਗਦਾ ਮੈਂ ਸੱਚੀ ਇੰਗਲੈਂਡ ਨੂੰ ਨੇੜੇ ਹੋ ਕੇ ਦੇਖ ਰਿਹਾ ਇੰਨੀ ਅੱਛੀ ਕੁਆਲਿਟੀ ਔਰ ਤੁਸੀਂ ਕਹਿ ਰਹੇ ਹੋ 46,900 ਦੀ ਬਿਲਕੁਲ 900 ਅਸੀਂ ਉਡਾਤੇ 3 ਸਾਲ ਦੀ ਕੰਪਲੀਟ ਵਾਰੰਟੀ ਦੇ ਨਾਲ ਕੋਈ ਵੀ ਮਾਡਲ ਜਿਹੜਾ ਹੈ ਜਿਵੇਂ ਕਿ 53,400 ਰੁਪਏ ਵਾਲਾ 37,900 ਰੁਪਏ ਦੇ ਵਿੱਚ ਉਪਲਬਧ ਹੈ ਕੋਈ ਵੀ ਤੁਸੀਂ ਡਬਲ ਡੋਰ ਫ੍ਰਿਜ ਲੈਂਦੇ ਹੋ ਤੇ ਉਹਦੇ ਨਾਲ ਇਹ ਮਿਕਸਚਰ ਗ੍ਰਾਈਂਡਰ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਮੇਰੇ ਕੋਲ ਸਾਈਡ ਬਾਈ ਸਾਈਡ ਫ੍ਰਿਜ 95,000 ਰੁਪਏ ਵਾਲੀ 68,000 ਰੁਪਏ ਦੇ ਵਿੱਚ ਉਪਲਬਧ ਹੈ 2,525 ਰੁਪਏ ਦੀ ਆਸਾਨ ਕਿਸ਼ਤ ਦੇ ਉੱਤੇ ਉਪਲਬਧ ਹੈ। ਅੱਛਾ ਸੁਣ ਸਾਹਿਬ ਇਹ ਕਿਹੜੀ ਫ੍ਰਿਜ ਹੋਈ ਜੀ? ਇਹ ਫ੍ਰਿਜ ਨਹੀਂ ਜੀ ਇਹ ਡਿਸ਼ਵਾਸ਼ਰ ਆ ਜਾਂਦਾ ਜੀ। ਜਿਵੇਂ ਆਪਾਂ ਸੁਣਦੇ ਹਾਂ ਕਿ ਪ੍ਰਦੇਸ਼ਾਂ ਵਿੱਚ ਕਿਉਂਕਿ ਸਾਰੇ ਵਰਕਿੰਗ ਹੁੰਦੇ ਆ ਸਮਾਂ ਨਹੀਂ ਮਿਲਦਾ ਭਾਂਡੇ ਧੋਣ ਦਾ ਤਾਂ ਇਹਦੇ ਅੰਦਰ ਭਾਂਡੇ ਜਿਹੜੇ ਜੂਠੇ ਹੋ ਪਾਣੇ ਤਾਂ ਧੋ ਕੇ ਸਾਫ਼ ਹੋ ਕੇ ਬਾਹਰ ਆ ਜਾਂਦੇ। ਬਿਲਕੁਲ ਜੀ ਬਿਲਕੁਲ। ਪਰ ਆਪਾਂ ਹਾਲੇ ਤੱਕ ਇਹ ਸੁਣਦੇ ਸੀਗੇ ਕਿ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਆਪਾਂ ਪਾਉਂਦੇ ਹਾਂ ਡਿਟਰਜੈਂਟ ਪਾ ਦਿੰਦੇ ਹਾਂ ਕੱਪੜੇ ਧੋ ਕੇ ਸੁੱਕ ਕੇ ਬਾਹਰ ਆ ਜਾਂਦੇ ਆ ਇਹ 'ਚ ਜੂਠੇ ਭਾਂਡੇ ਪਾ ਦੇਣੇ ਮਾਂਜ ਵੀ ਆਪੇ ਹੋ ਜਾਣੇ ਧੋ ਵੀ ਆਪੇ ਨੇ ਸੁਕਾ ਕੇ ਬਾਹਰ ਕੱਢ ਦੂੰ। ਬਿਲਕੁਲ ਜੀ। ਅਤੇ ਇਹਦਾ ਫਿਰ ਡਿਸ਼ਵਾਸ਼ਰ ਦਾ ਪ੍ਰਾਈਸ ਕੀ ਆ ਜੀ? ਇਹ ਸਰ 28,990 ਰੁਪਏ ਦੇ ਵਿੱਚ ਉਪਲਬਧ ਹੈ ਜੀ। ਪੈਨਾਸੋਨਿਕ ਕੰਪਨੀ ਦਾ ਏਸੀ, ਡਾਈਕਨ ਦਾ ਏਸੀ, ਹਾਇਰ ਦਾ ਏਸੀ, ਲੋਇਡ ਦਾ ਏਸੀ, ਜਿਵੇਂ ਕਿ ਪੈਨਾਸੋਨਿਕ ਕੰਪਨੀ ਦਾ ਏਸੀ 62,900 ਰੁਪਏ ਵਾਲਾ 46,900 ਰੁਪਏ ਦੇ ਵਿੱਚ 7-in-1 ਕਨਵਰਟੇਬਲ ਸਰਦੀਆਂ 'ਚ ਗਰਮ ਅਤੇ ਗਰਮੀਆਂ 'ਚ ਠੰਡਾ। ਬਹੁਤ ਖੁਸ਼ੀ ਤੁਹਾਨੂੰ ਜਾਣ ਕੇ ਵੀ ਖੁਸ਼ੀ ਹੋਵੇਗੀ ਕਿ ਸਾਨੂੰ ਪਤਾ ਲੱਗਿਆ ਸੋਧੀ ਸਾਹਿਬ ਪਹਿਲਾਂ ਫਿਲਮਾਂ 'ਚ ਵੀ ਕੰਮ ਕਰਦੇ ਰਹੇ ਆ ਇਹ ਕਿਹੜੀ ਫਿਲਮ ਲਈ ਅਵਾਰਡ ਮਿਲਿਆ ਜੀ? ਇਹ ਸਾਨੂੰ ਪੈਨਾਸੋਨਿਕ ਦੀ ਬੈਸਟ ਫ੍ਰਿਜ ਦੀ ਸੇਲ ਵਾਸਤੇ ਅਵਾਰਡ ਮਿਲਿਆ ਭਾਈ। ਅੱਛਾ ਫ੍ਰਿਜਾਂ ਦੀ ਸੇਲ ਵਾਸਤੇ ਮਿਲਿਆ? ਮੈਂ ਕਹਿੰਦਾ ਫਿਲਮਾਂ 'ਚ ਕੰਮ ਕਰਦੇ ਰਹੇ ਹੋ ਬੈਸਟ ਸੇਲਸ ਅਵਾਰਡ ਲਿਖਿਆ। ਕਿਹੜਾ ਏਸੀ ਲੈ? ਠੰਡ ਬਹੁਤ ਕੀਤੀ ਹੋਈ ਆ ਸਰ। ਪੈਨਾਸੋਨਿਕ ਕੰਪਨੀ ਦਾ ਏਸੀ ਹੈ ਜੀ। ਇੱਕੋ ਚੱਲਦਾ ਪਿਆ? ਇੱਕੋ ਹੀ ਸਿਰਫ 1.5 ਟਨ ਦਾ ਏਸੀ ਚੱਲ ਰਿਹਾ ਜੀ। ਬੜੀ ਠੰਡ ਕੀਤੀ ਪਈ, ਮੈਂ ਤਾਂ ਲੱਗਦਾ ਪੂਰੀ ਬਾਂਹ ਦੀ ਟੀ-ਸ਼ਰਟ ਪਾਣੀ ਪੈਣੀ। ਭਾਜੀ ਮੈਂ ਦੇਖ ਪਾ ਰਿਹਾ ਜਿਹੜੀ ਤੁਹਾਡੀ ਇਹ ਪੈਨਾਸੋਨਿਕ ਦੀ ਐਲਈਡੀ ਆ ਬਹੁਤ ਸ਼ਾਨਦਾਰ ਹੈ, ਪਿਕਚਰ ਕੁਆਲਿਟੀ ਬਹੁਤ ਅੱਛੀ ਆ, ਪਰ ਵੌਇਸ ਕਮਾਂਡ ਨਾਲ ਚੱਲਦੀ ਹੈ? ਬਿਲਕੁਲ ਚੱਲਦੀ ਹੈ ਜੀ। ਦਿਖਾਓ ਤਾਂ ਫਿਰ। ਓਕੇ ਗੂਗਲ ਪਲੀਜ਼ ਪਲੇ PV32 ਨਿਊਜ਼ ਚੈਨਲ। ਹੈ ਚੱਲੂ? ਬਿਲਕੁਲ ਚੱਲੂਗੀ ਜੀ। ਓ ਕਿਆ ਬਾਤ ਹੈ, ਕੁਆਲਿਟੀ ਬਹੁਤ ਅੱਛੀ ਆ। ਇਹਦਾ ਮੁੰਡਾ ਕਿੰਨਾ ਸੋਹਣਾ ਲੱਗ ਰਿਹਾ। ਕਿਆ ਬਾਤ,
ਉਹਨੂੰ ਸ਼ੇਅਰ ਕਰਕੇ 10,000 ਤੋਂ ਉੱਪਰ ਰਕਮ ਦਾ ਕੋਈ ਵੀ ਪ੍ਰੋਡਕਟ ਸਾਡੇ ਕੋਲੋਂ ਲੈਂਦਾ ਜੀ ਉਹਨੂੰ ਮਿਨੀਮਮ 500 ਰੁਪਏ ਦਾ ਡਿਸਕਾਊਂਟ ਦਿੱਤਾ ਜਾਵੇਗਾ। 10,000 ਤੋਂ ਘੱਟ ਰੇਂਜ ਵਾਲਾ ਕੋਈ ਵੀ ਪ੍ਰੋਡਕਟ ਕਸਟਮਰ ਲੈ ਕੇ ਜਾਂਦਾ ਵਾ ਉਹਨੂੰ ਅਸੀਂ ਆਪਣੇ ਐਂਡ ਤੋਂ ਇੱਕ ਐਡੀਸ਼ਨਲ ਗਿਫਟ ਦਵਾਂਗੇ। ਮਤਲਬ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰ ਰਿਹਾ ਸੀ ਕਿ ਪਿਛਲੇ ਉੜਾ ਦਿੱਤੇ, ਤੁਸੀਂ ਉਸ ਗੱਲ ਨੂੰ ਹੁਣ ਉੱਤੇ ਮੋਹਰ ਲਾ ਕੇ ਚੱਕੋ ਕਿ ਨਵਾਂਸ਼ਹਿਰ ਰੇਲਵੇ ਰੋਡ ਨਿਊ ਸੌਂਦੀ ਇਲੈਕਟ੍ਰੋਨਿਕਸ ਤੋਂ ਪ੍ਰੋਡਕਟ ਦੇਖ ਕੇ ਖਰੀਦ ਕੇ ਤੁਹਾਨੂੰ ਹੋਰ ਕਿਸੇ ਜਗ੍ਹਾ 'ਤੇ ਜਾ ਕੇ ਪ੍ਰੋਡਕਟ ਦੇਖਣੇ ਨਹੀਂ ਪੈਣਗੇ ਬਾਲੇ ਸਾਥੀਓ, ਕਿਉਂਕਿ ਇਹਨਾਂ ਦੀ ਕੀਮਤ ਹੈ ਸੀਮਤ ਅਤੇ ਪ੍ਰੋਡਕਟ ਨੇ ਸਾਰੇ ਨਿਊ ਟੈਕਨੋਲੋਜੀ ਵਾਲੇ ਸਾਥੀਓ। ਸਤਿ ਸ਼੍ਰੀ ਅਕਾਲ, ਬੀਬੀ ਬੱਤੀ ਨਵਾਂਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ਵਰੀ। ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ। ਸਾਥੀਓ ਪਹਿਲਾਂ ਐਡਰੈਸ ਕਨਫਰਮ ਕਰਾ ਦੇਵਾਂ, ਉਸ ਤੋਂ ਬਾਅਦ ਆਪਾਂ ਪ੍ਰੋਡਕਟਸ ਦੀ ਗੱਲ ਕਰਾਂਗੇ। ਅਸੀਂ ਇਸ ਸਮੇਂ ਨਵਾਂਸ਼ਹਿਰ ਰੇਲਵੇ ਰੋਡ 'ਤੇ ਪਾਰਕਿੰਗ ਦੇ ਸਾਹਮਣੇ, ਪਾਓ ਬਾਜੀ ਦੀ ਰੇਹੜੀ ਦੇ ਸਾਹਮਣੇ ਜਿਹੜੀ ਗਲੀ ਆਉਂਦੀ ਹੈ ਬਿਲਕੁਲ ਉੱਧਰ ਹੀ ਮੌਜੂਦ ਹਾਂ। ਟੈਂਟ ਲੱਗਿਆ ਹੋਇਆ, ਪ੍ਰੋਡਕਟਸ ਬਹੁਤ ਸਾਰੇ ਬਾਹਰ ਪਏ ਨੇ। ਪ੍ਰੋਡਕਟਸ ਦੀ ਗੱਲ ਕਰ ਲਈਏ ਤਾਂ ਪ੍ਰੋਡਕਟਸ ਜ਼ਿੰਦਗੀ ਨੂੰ ਆਸਾਨ ਬਣਾਉਂਦੇ ਆ, ਲੇਕਿਨ ਲੋਕ ਸੋਚਾਂ ਵਿੱਚ ਪੈ ਜਾਂਦੇ ਆ। ਮੇਰੇ ਪਿਆਰੇ ਪਿਆਰੇ ਪਰਿਵਾਰਕ ਮੈਂਬਰ ਸੋਚਾਂ ਵਿੱਚ ਪੈ ਜਾਂਦੇ ਆ ਕਿ ਪ੍ਰੋਡਕਟ ਖਰੀਦਣੇ ਕਿਵੇਂ, ਕਿਉਂਕਿ ਕੀਮਤ ਪ੍ਰੋਡਕਟਸ ਦੀ ਬਹੁਤ ਜ਼ਿਆਦਾ ਹੋ ਜਾਂਦੀ ਹੈ। ਲੇਕਿਨ ਅਸੀਂ ਤੁਹਾਨੂੰ ਨਵਾਂਸ਼ਹਿਰ ਦੇ ਅਜਿਹੇ ਸ਼ੋਰੂਮ 'ਚ ਲੈ ਕੇ ਆਏ ਹਾਂ ਜਿੱਥੇ ਕੀਮਤ ਸੀਮਤ ਹੈ, ਔਰ ਤੁਸੀਂ ਖੁਸ਼ ਹੋ ਜਾਓਗੇ। ਤੁਸੀਂ ਵੀ ਕਹੋਗੇ ਇੰਪੋਸੀਬਲ ਨੂੰ ਇਹਨਾਂ ਨੇ ਪੋਸੀਬਲ ਕਰ ਦਿੱਤਾ। ਆਓ ਅੰਦਰ ਚੱਲਦੇ ਹਾਂ, ਸੌਂਦੀ ਸਾਹਿਬ ਨੂੰ ਮਿਲਦੇ ਹਾਂ। ਤਾਂ ਸਾਥੀਓ ਆਪਾਂ ਸ਼ੋਰੂਮ ਦੇ ਅੰਦਰ ਆ ਗਏ ਹਾਂ, ਇਹ ਕਹਿਣਾ ਪੈਂਦਾ, ਵੀਡੀਓ ਦੀ ਕੰਟੀਨਿਊਟੀ ਬਣਾਉਣੀ ਪੈਂਦੀ ਹੈ। ਗੌਰਵ ਸੌਂਦੀ ਵੀਰ ਜੀ ਸਾਡੇ ਨਾਲ ਨੇ, ਪਿਛਲੇ ਸਾਲ ਵੀ ਆਪਾਂ ਇਹਨਾਂ ਨਾਲ ਵੀਡੀਓ ਕੀਤੀ, ਤੁਸੀਂ ਬਹੁਤ ਸਾਰਾ ਰਿਸਪੋਂਸ ਦਿੱਤਾ ਸੀ। ਸੌਂਦੀ ਸਾਹਿਬ ਮੈਂ ਪਹਿਲਾਂ ਹੀ ਕਹਿ ਚੁੱਕਾ ਕਿ ਸ਼ੋਰੂਮ ਦੇ ਅੰਦਰ ਜਿੰਨੇ ਵੀ ਪ੍ਰੋਡਕਟ ਆ ਕੀਮਤ ਸੀਮਤ ਹੈ, ਔਰ ਜ਼ਰੂਰੀ ਨਹੀਂ ਹੈ ਕਿ ਜਿਹੜੀ ਗੁੱਡ ਕੁਆਲਿਟੀ ਆ ਹਾਈ ਪ੍ਰਾਈਸ ਟੈਗ ਨਾਲ ਮਿਲੇ। ਤਾਂ ਗੌਰਵ ਸੌਂਦੀ ਤੁਹਾਡੇ ਸੁਪਨੇ ਘੱਟ ਪੈਸੇ 'ਚ ਪੂਰੇ ਕਰਨਗੇ। ਸੌਂਦੀ ਸਾਹਿਬ ਬਹੁਤ ਨਿੱਘਾ ਸਵਾਗਤ ਹੈ ਸਾਡੇ ਚੈਨਲ 'ਤੇ। ਸਭ ਤੋਂ ਪਹਿਲਾਂ ਪੀਵੀ ਪੱਤੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਨਮਸਕਾਰ। ਦੀਵਾਲੀ ਦੇ ਸ਼ੁਭ ਮੌਕੇ 'ਤੇ ਜੋ ਔਫਰ ਮੈਂ ਨਿਊ ਸੌਂਦੀ ਇਲੈਕਟ੍ਰੋਨਿਕਸ 'ਤੇ ਆਪਣੀ ਕੰਪਨੀ ਐਂਡ ਤੋਂ ਲੈ ਕੇ ਆਇਆ ਉਹ ਤੁਹਾਨੂੰ ਸਾਰੇ ਦੱਸਣਾ ਚਾਹੁੰਦਾ। ਜੀ ਜੀ, ਆਪਾਂ ਪ੍ਰਾਈਜ਼ ਦੀ ਗੱਲ ਜ਼ਿਆਦਾ ਕਰਨੀ ਜੀ ਅੱਜ, ਕਿਉਂਕਿ ਪਿਛਲੀ ਵਾਰ ਵੀਡੀਓ ਆਪਾਂ ਜਦੋਂ ਕੀਤੀ ਸੀਗੀ ਵੀਡੀਓ ਵਾਇਰਲ ਹੋ ਗਈ ਸੀ, ਤਾਂ ਪਰ ਜ਼ਿਆਦਾ ਕਮੈਂਟਸ ਪ੍ਰਾਈਜ਼ ਲਿਆ ਰਹੇ ਸੀਗੇ। ਠੀਕ ਹੈ ਜੀ ਜੀ, ਪ੍ਰਾਈਜ਼ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਮਲਟੀਪਲ ਬ੍ਰਾਂਡ ਸ਼ੋਪ ਹੈ ਇਹ? ਬਿਲਕੁਲ ਜੀ, ਮਲਟੀਪਲ ਤੁਹਾਨੂੰ ਨਿਊ ਆਈਬੁਸ਼, ਪੈਨਾਸੋਨਿਕ, ਵਰਲਪੂਲ, ਐਲਜੀ, ਲੋਇਡ ਇਹਨਾਂ ਕੰਪਨੀ ਦੇ ਸਾਰੇ ਪ੍ਰੋਡਕਟ ਮਿਲ ਜਾਣਗੇ। ਉਹ ਦੇਖੋ ਕੁੜੀਆਂ ਕਿੰਨੀਆਂ ਸੋਹਣੀਆਂ, ਐਂ ਲੱਗਦਾ ਮੇਰੇ ਸਾਹਮਣੇ ਡਾਂਸ ਕਰ ਰਹੀਆਂ। ਕੁਆਲਿਟੀ ਟੌਪ ਹੈ, ਐਂ ਲੱਗਦਾ ਕਿਤੇ ਜਰਮਨ 'ਚ ਖੜੇ ਹਾਂ ਅਸੀਂ। ਨੰਬਰ 1 ਜਾਪਾਨ ਦੀ ਕੁਆਲਿਟੀ ਪੈਨਾਸੋਨਿਕ ਜਿਹੜੀ ਐਲਜੀ ਚੱਲ ਰਹੀ ਹੈ ਜੀ। ਠੀਕ ਹੈ ਜੀ, ਸਭ ਤੋਂ ਪਹਿਲਾਂ ਆਪਾਂ ਵਾਸ਼ਿੰਗ ਮਸ਼ੀਨ ਦੀ ਗੱਲ ਕਰੀਏ, ਸੀਜ਼ਨ ਦਾ ਸਭ ਤੋਂ ਬੈਸਟ ਜਿਹੜਾ ਔਫਰ ਹੈਗਾ ਇਹਦੇ ਉੱਤੇ ਲਗਾਇਆ ਹੋਇਆ ਜੀ। ਜੀ, 8 ਕਿਲੋ ਦੀ ਵਾਸ਼ਿੰਗ ਮਸ਼ੀਨ 16,990 ਰੁਪਏ ਦੀ, ਇਸ ਵੇਲੇ ਆਫਰ ਪ੍ਰਾਈਸ ਦੇ ਵਿੱਚ 8,990 ਰੁਪਏ ਦੇ ਵਿੱਚ। ਹਾਂਜੀ, ਅੱਧੋ ਅੱਧਾ ਫਰਕ ਹੈ ਜੀ। ਦੀਵਾਲੀ ਕਰਕੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕੀਮਤ ਸੀਮਤ, ਅੱਧੋ ਅੱਧੀ ਦਾ ਫਰਕ। 17,000 ਦੀ ਵਾਸ਼ਿੰਗ ਮਸ਼ੀਨ ਤੁਹਾਨੂੰ ਲਗਭਗ 17,000 ਦੀ ਤੁਹਾਨੂੰ 8,990 'ਚ। ਜੇ ਮੈਂ ਕਹਾਂ ਮੇਰਾ ਮਾਣ ਤਾਣ ਰੱਖ ਲਓ 8,990 'ਚ, ਤਾਂ ਜੇ ਕੋਈ ਵੀਡੀਓ ਸ਼ੇਅਰ ਕਰਕੇ ਭੈਣ ਜਾਂ ਭਰਾ ਦਾ ਰੱਖ ਸਕਦੇ ਆ, ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਕੁਝ ਐਡੀਸ਼ਨਲ ਡਿਸਕਾਊਂਟ ਹੋਰ ਦਿੱਤਾ ਜਾਊਗਾ ਜੀ। 990 ਹਟਾ ਦਈਓ, ਮਤਲਬ 8,500 ਕਰ ਦਈਓ, 8,600 ਕਰ ਦਈਓ, ਜਿੱਥੇ ਸੈੱਟ ਹੋਊਗਾ ਜੋ ਹੋਊਗਾ ਮੈਕਸੀਮਮ ਰਿਕਾਰਡ ਕਰਾਂਗੇ। ਚਲੋ ਵੀਡੀਓ ਸ਼ੇਅਰ ਕਰਕੇ ਆਣੀ ਤੇ ਉਹਨਾਂ ਨੂੰ ਵੀਡੀਓ ਦਿਖਾ ਦੇਣੀ ਆ, ਮੈਕਸੀਮਮ ਵੀਡੀਓ ਜਿਹੜਾ ਸ਼ੇਅਰ ਕਰੂਗਾ ਉਹਨੂੰ ਮੈਕਸੀਮਮ ਡਿਸਕਾਊਂਟ ਵੀ ਮਿਲੂ। ਲਓ ਜੀ, ਤੁਸੀਂ 3-4-5 ਵਾਰ ਵੀਡੀਓ ਸ਼ੇਅਰ ਕਰ ਦਿਓ, 500 ਰੁਪਏ ਆਪਾਂ ਘਟਾ ਲੈਣਾ ਜੀ। ਇਸ ਤੋਂ ਬਾਅਦ ਮੇਰੇ ਕੋਲ ਪੈਨਾਸੋਨਿਕ ਕੰਪਨੀ ਦੀ ਵਾਸ਼ਿੰਗ ਮਸ਼ੀਨ 8 ਕਿਲੋ ਦੀ ਵਾਸ਼ਿੰਗ ਮਸ਼ੀਨ 16,700 ਰੁਪਏ ਵਾਲੀ 12,990 ਰੁਪਏ ਦੇ ਵਿੱਚ ਅਵੇਲੇਬਲ ਹੈ ਜੀ। ਈਜ਼ੀ EMI ਫੈਸਿਲਿਟੀ ਦੇ ਉੱਤੇ ਅਵੇਲੇਬਲ ਹੈ। ਇਸ ਤੋਂ ਇਲਾਵਾ ਇਸ ਦੇ ਉੱਤੇ 4,000 ਰੁਪਏ ਤੱਕ ਦਾ ਕੈਸ਼ਬੈਕ ਆਫਰ ਵੀ ਉਪਲਬਧ ਹੈ। ਲਗਭਗ 8,000 ਦੀ ਪੈਣੀ, ਕਿਉਂਕਿ ਵੀਡੀਓ 5-6 ਵਾਰ ਭੈਣ ਭਰਾਵਾਂ ਨੇ ਸ਼ੇਅਰ ਕਰਕੇ ਆ ਜਾਣੀ ਆ, ਉਹਨਾਂ ਡਿਸਕਾਊਂਟ ਆਪਾਂ ਲੈ ਲੈਣਾ। ਇਹ ਪੈਨਾਸੋਨਿਕ ਦੀ ਹੈ ਜੀ, ਇਹ ਕਿਹੜੀ ਕੰਪਨੀ ਹੈ ਜੀ? ਨਿਊ ਆਈਬੁਸ਼। ਨਿਊ ਆਈਬੁਸ਼ ਸਰ, ਮੈਂ ਇਹਦੇ ਵਿੱਚ ਇੱਕ ਚੀਜ਼ ਪੜ੍ਹੀ ਹੈ ਜੀ, ਡਿਟਰਜੈਂਟ। ਇਹ ਮੈਂ ਟੈਗ ਪਹਿਲੀ ਵਾਰ ਕਿਤੇ ਦੇਖ ਰਿਹਾ ਸੀ। ਡਿਟਰਜੈਂਟ ਬਾਕਸ ਬਣਿਆ ਹੋਇਆ ਜੀ, ਇਹਦੇ ਵਿੱਚ ਅਲੱਗ ਤੋਂ ਜਿੱਦਾਂ ਟੌਪ ਲੋਡ ਵਾਸ਼ਿੰਗ ਮਸ਼ੀਨ ਦੇ ਵਿੱਚ ਬਣਿਆ ਹੁੰਦਾ, ਸਿਰਫ ਸਿੱਧਾ ਨਹੀਂ ਕੱਪੜੇ ਦੇ ਉੱਤੇ ਜਾਣਾ, ਇਹਦੇ ਥਰੂ ਰਿਵੋਲਵ ਹੋ ਕੇ ਫਿਰ ਮਸ਼ੀਨ ਦੇ ਵਿੱਚ ਜਾਣਾ। ਇਹ ਰਿਵੋਲਵਰ ਹੈ, ਇਹਦੇ ਥਰੂ ਜਿਹੜਾ ਡਿਟਰਜੈਂਟ ਹੈ ਉਹ ਹੇਠਾ ਜਾਣਾ। ਬਿਲਕੁਲ, ਬਹੁਤ ਚੰਗੀ ਗੱਲ ਹੈ ਜੀ। ਤਾਂ 4,000 ਕੈਸ਼ਬੈਕ ਦੀ ਫੈਸਿਲਿਟੀ ਵੀ ਹੈ। ਇਹ ਅੰਡਰ ਐਕਸਚੇਂਜ ਦੇ ਵਿੱਚ ਆਫਰ ਹੈਗੀ ਹੈ ਜੀ, ਤੁਸੀਂ ਕੋਈ ਵੀ ਆਪਣੇ ਘਰ ਦੀ ਪੁਰਾਣੀ ਮਸ਼ੀਨ ਲੈ ਕੇ ਆਓ ਤੇ ਤੁਹਾਨੂੰ ਇਹ ਅੰਡਰ ਐਕਸਚੇਂਜ ਦੇ ਵਿੱਚ 12,990 ਰੁਪਏ ਦੀ ਪੀਸ ਮਿਲੂਗਾ ਜੀ। ਅੱਛਾ, ਐਕਸਚੇਂਜ ਆਫਰ ਹੈ? ਹਾਂਜੀ, ਇਸ ਮਾਡਲ ਦੇ ਉੱਤੇ ਐਕਸਚੇਂਜ ਆਫਰ ਲਗਾਇਆ ਜੀ, ਕੋਈ ਵੀ ਪੁਰਾਣੀ ਮਸ਼ੀਨ ਨਾਲ 12,990। ਬਿਲਕੁਲ ਜੀ, ਠੀਕ ਹੈ ਜੀ, ਅੱਗੇ। ਉਸ ਤੋਂ ਬਾਅਦ ਮੇਰੇ ਕੋਲ ਵਰਲਪੂਲ ਕੰਪਨੀ ਦੀ 8 ਕਿਲੋ ਦੀ ਮਸ਼ੀਨ 16,750 ਰੁਪਏ ਵਾਲੀ 13,900 ਰੁਪਏ ਦੇ ਵਿੱਚ ਉਪਲਬਧ ਹੈ।
ਇਹਦੇ ਨਾਲ ਅਸ਼ਿਓਰਡ ਗਿਫਟ ਸੈਂਡਵਿਚ ਮੇਕਰ ਜਾਂ ਫਿਲਿਪਸ ਦੀ ਡਰਾਈ ਆਇਰਨ ਕੋਈ ਵੀ ਚੀਜ਼ ਜਿਹੜੀ ਕਸਟਮਰ ਆਪਣੀ ਸਹੂਲਤ ਦੇ ਅਕੋਰਡਿੰਗ ਨਹੀਂ ਲੈ ਸਕਦਾ। ਪਰ ਤੁਸੀਂ ਪਤਾ ਕੀ ਕੀਤਾ, ਪਹਿਲਾਂ ਸ਼ੌਂਕ ਜਿਹਾ ਪਾਤਾ, ਅੱਧੋ ਵੱਧ ਅੱਧੋ, ਫਿਰ ਥੋੜ੍ਹੀ ਜਿਹੀ ਘੱਟ ਕੇ, ਫਿਰ ਇੱਧਰ ਥੋੜ੍ਹੇ ਹੋਰ ਘੱਟ ਕੇ, ਸਾਰਿਆਂ ਨੂੰ ਬਰਾਬਰ ਜਿਹਾ ਕਰ ਦਿਓ। ਸਰ ਮੈਕਸੀਮਮ ਆਪਣੇ ਐਂਡ ਤੋਂ ਡਿਸਕਾਊਂਟ ਪ੍ਰੋਵਾਈਡ ਕਰ ਰਹੇ ਹਾਂ, ਜਿਸ ਇਸ ਮਾਡਲ ਦੇ ਜੋ ਡਿਸਕਾਊਂਟ ਆ ਉਹ ਪ੍ਰੋਵਾਈਡ ਕਰ ਰਹੇ ਹਾਂ। ਅਤੇ ਫਿਰ ਗਿਫਟਸ, ਇਹਦੇ ਨਾਲ ਆਪਾਂ ਤੁਹਾਡੇ ਕਹਿੰਦੇ ਦੋ ਗਿਫਟ ਲਗਾ ਦਿੱਤੇ ਜੀ ਇਹਦੇ ਨਾਲ। ਅੱਛਾ, ਦੋ ਗਿਫਟ ਨੇ। ਕਸਟਮਰ ਆਪਣੀ ਸਹੂਲਤ ਦੇ ਅਕੋਰਡਿੰਗ ਦੀ ਜਿਹੜੀ ਵੀ ਚੀਜ਼ ਉਹਨੂੰ ਬੈਸਟ ਲੱਗਦੀ ਹੈ ਲੈ ਸਕਦਾ ਜੀ। ਸੈਂਡਵਿਚ ਮੇਕਰ, ਸੈਂਡਵਿਚ ਮੇਕਰ ਚਾਹੇ ਫਿਲਿਪਸ ਕੰਪਨੀ ਦੀ ਡਰਾਈ ਆ। ਪੈਨਾਸੋਨਿਕ ਕੰਪਨੀ ਦੀ ਮਸ਼ੀਨ 10 ਕਿਲੋ ਦੀ, ਦੋਨੇ ਹੀ ਮੋਟਰਾਂ ਤੇ 10-10 ਸਾਲ ਦੀ ਵਾਰੰਟੀ, 22,100 ਰੁਪਏ ਵਾਲੀ, 17,500 ਰੁਪਏ ਦੇ ਵਿੱਚ, 52,000 ਰੁਪਏ ਰੋਜ਼ ਦੀ ਆਸਾਨ ਕਿਸ਼ਤ ਦੇ ਉੱਤੇ ਤੁਹਾਨੂੰ ਉਪਲਬਧ ਹੈ ਜੀ। ਇਸ ਦੇ ਨਾਲ ਆਪਾਂ 4,000 ਰੁਪਏ ਤੱਕ ਕੈਸ਼ਬੈਕ ਦੇ ਰਹੇ ਹਾਂ, ਠੀਕ ਹੈ ਜੀ। 3 ਅਸ਼ਿਓਰਡ ਗਿਫਟ ਇਹਦੇ ਨਾਲ ਉਪਲਬਧ ਹੈ ਜੀ। ਮਤਲਬ 4,600 ਤਾਂ ਤੁਸੀਂ ਵੈਸੇ ਡਿਸਕਾਊਂਟ ਕਰ ਦਿੱਤਾ, 4,000 ਕੈਸ਼ਬੈਕ ਹੋ ਗਿਆ ਤਾਂ 8,600 ਦਾ ਡਿਸਕਾਊਂਟ ਹੋ ਗਿਆ। ਬਿਲਕੁਲ ਜੀ, 8,600 ਦਾ ਟੈਕਨੀਕਲੀ ਡਿਸਕਾਊਂਟ ਤੁਹਾਨੂੰ ਇਸ ਵਾਸ਼ਿੰਗ ਮਸ਼ੀਨ ਤੇ ਹੋ ਗਿਆ, ਉਸ ਦੇ ਨਾਲ ਦੀ ਨਾਲ ਗਿਫਟਸ ਜਿਹੜੇ ਆ ਉਹ ਅਲੱਗ ਆ। ਬਿਲਕੁਲ ਜੀ, ਗਿਫਟ ਅਲੱਗ ਹੈ ਜੀ, 3 ਗਿਫਟ ਇਹਦੇ ਨਾਲ ਹੈ ਜੀ। ਔਰ ਪੈਨਾਸੋਨਿਕ ਦੀ ਮਸ਼ੀਨ ਹੈ, ਨੰਬਰ ਦੀ 1 ਕੰਪਨੀ ਆ ਪੈਨਾਸੋਨਿਕ, ਔਰ ਇਹਦੇ ਨਾਲ ਇਹਦੇ ਤੇ ਤੁਸੀਂ ਦੇਖੋ 8,600 ਦੇ ਲਗਭਗ ਡਿਸਕਾਊਂਟ ਹੋ ਜਾਣਾ ਕੈਸ਼ਬੈਕ ਨੂੰ ਵਿੱਚ ਪਾ ਕੇ, ਔਰ ਗਿਫਟਸ ਵੀ ਤੁਹਾਨੂੰ ਮਿਲ ਰਹੇ ਆ। ਅੱਛਾ, ਇਹ ਵੀ ਕਿਆ ਬਾਤ ਹੈ, ਨਜ਼ਾਰੇ ਲਿਆ ਤੇ ਸੋਢੀ ਸਾਹਿਬ ਨੇ, ਕਹਿੰਦੇ ਕਿ ਆਂਡੇ ਵੀ ਫਰੈਸ਼ ਰੱਖੋ, ਸੈਂਡਵਿਚ ਵੀ ਫਰੈਸ਼ ਬਣਾਓ, ਤਾਂ ਚੋਪਰ ਵੀ ਦੇ ਦਿੱਤਾ ਜੀ ਤੁਹਾਨੂੰ, ਮਜ਼ੇ ਲਓ, ਕਿਚਨ ਦੇ ਅਪਲਾਇੰਸਿਸ ਭਰ ਲਓ ਜੀ। ਮੈਂ ਕਹਿੰਦਾ ਪਿਛਲੀ ਵਾਰ ਆਪਾਂ ਵੀਰ ਜੀ ਨਾਲ ਵੀ ਗੱਲਬਾਤ ਕੀਤੀ ਥੋੜ੍ਹੀ ਜਿਹੀ, ਇਹਨਾਂ ਨਾਲ ਕਰ ਲਈਏ, ਬਿਲਕੁਲ ਬਹੁਤ ਅੱਛੀ ਡੈਮੋ ਦਿੰਦੇ ਆ। ਆਓ ਸਰ, ਆ ਜਾਓ, ਬਾਡੀ ਬਣਾ ਲਈ ਤੁਸੀਂ ਇਸ ਸਾਲ, ਵੈਰੀ ਗੁੱਡ। ਪੀ ਬੱਤੀ ਦੇਖ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਰਾਮ ਰਾਮ ਜੀ। ਅਸੀਂ ਲੈ ਕੇ ਆਏ ਪੈਨਾਸੋਨਿਕ ਦੀ ਟੋਪ ਬ੍ਰਾਂਡ, 10 ਕਿਲੋ ਤੇ 11 ਕਿਲੋ ਟੋਪ ਲੋਡ ਵਾਸ਼ਿੰਗ ਮਸ਼ੀਨ। ਸਭ ਨਾਲ ਵਧੀਆ ਗੱਲ, ਇਹਦੀ 12 ਸਾਲ ਦੀ ਮੋਟਰ ਦੀ ਗਰੰਟੀ ਆ ਗਈ। 2 ਸਾਲ ਦੀ ਕੰਪਨੀ ਪਹਿਲੇ ਗਰੰਟੀ ਦਿੰਦੀ ਸੀ, ਦੀਵਾਲੀ ਆਫਰ ਕਰਕੇ ਇਹਨੇ 2+1 ਕਰ ਦਿੱਤੀ। ਵੈਰੀ ਗੁੱਡ, 3 ਸਾਲ ਦੀ ਗਰੰਟੀ ਕੰਪਲੀਟ, 3 ਸਾਲ ਦੀ ਬਹੁਤ ਰੇਅਰ ਮਿਲਦੀ, ਰੇਅਰ ਮਿਲਦੀ ਕੰਪਲੀਟ ਗਰੰਟੀ। ਨਾਲੇ ਇਹਦਾ ਜਿਹੜਾ 1 ਸਾਲ ਦੀ ਕੰਪਲੀਟ ਗਰੰਟੀ ਹੈ ਉਹ 2080 ਚ ਪੈਂਦੀ ਹੈ, ਲੈਂਦੇ ਕੰਪਨੀ ਵਾਲੇ ਇਸ ਟਾਈਮ ਫ੍ਰੀ ਆਫ ਕੋਸਟ ਦੇ ਰਹੇ ਆ। ਔਰ ਪੈਨਾਸੋਨਿਕ ਟੋਪ ਦੀ ਕੰਪਨੀ, ਟੋਪ ਲੋਡ, MRP 42,400, ਆਫਰ ਪ੍ਰਾਈਸ 31,990 ਰੁਪਏ। ਇਹਦੇ ਵਿੱਚ 50 ਰੁਪਏ ਡੇਲੀ EMI ਤੇ ਵੀ ਤੁਸੀਂ ਇਹਨੂੰ ਲੈ ਸਕਦੇ ਹੋ, ਠੀਕ ਹੈ ਜੀ। ਹੋਰ ਇਹਦੇ ਵਿੱਚ ਇੱਕ ਵਿਦ ਵਾਈਫਾਈ ਮਾਡਲ ਤੇ ਵਿਦ ਹੀਟਰ ਮਾਡਲ ਆ ਗਿਆ ਜੀ। ਇਹਦੇ ਵਿੱਚ ਨਿਊ ਆਪਸ਼ਨ ਦੇਤਾ ਕਿਸੇ ਕੰਪਨੀ 'ਚ ਨਹੀਂ ਹੈਗਾ, ਜੈਂਟਲ ਵਾਸ਼ ਦਾ। ਇਹ ਜੈਂਟਲ ਵਾਸ਼ ਕੀ ਹੈ ਸਮਝਾਓ ਸਰ। ਜੈਂਟਲ ਵਾਸ਼ ਇਦਾਂ ਜਿਹੜਾ ਲੇਡੀਜ਼ ਦੇ ਹੈਵੀ ਸੂਟ ਹੁੰਦੇ ਆ ਜਿਹੜੇ ਇੱਕ ਦਿਨ ਮੈਰਿਜ 'ਚ ਪੈਂਦੇ ਆ, ਸ਼ੀਸ਼ੇ ਲੱਗੇ ਹੁੰਦੇ ਆ, ਮੋਤੀ ਲੱਗੇ ਹੁੰਦੇ ਆ, ਉਹ ਝੜ ਜਾਂਦੇ ਜਦੋਂ ਉਹ ਝੜ ਜਾਂਦੇ ਧੋਨੇ ਆ, ਜੇ ਹੱਥ ਨਾਲ ਧੋਨੇ ਤਾਂ ਵੀ ਝੜ ਜਾਂਦੇ, ਵਾਸ਼ਿੰਗ ਮਸ਼ੀਨ ਧੋਨੇ ਆ ਤਾਂ ਵੀ ਝੜ ਜਾਂਦੇ ਆ। ਇਹਦੇ ਵਿੱਚ ਨਹੀਂ ਝੜਨਗੇ ਕਿਉਂਕਿ ਇਹ ਪਰਸੇਲਟਰ ਤੋਂ ਉੱਪਰ ਉਹਨਾਂ ਨੇ ਜਾਲੀ ਦੇ ਦਿੱਤੀ ਆ ਜਿਹਨੂੰ ਜੈਂਟਲ ਵਾਸ਼ ਕਹਿੰਦੇ ਆ। ਉਹ ਜੋ ਪਰਸੇਲਟਰ ਘੁੰਮਦਾ ਉਹ ਪਰਸੇਲਟਰ ਦੇ ਨਾਲ ਅਟੈਚ ਨਹੀਂ ਹੁੰਦੇ ਸੂਟ, ਤੁਹਾਡੇ ਉੱਪਰ ਹੀ ਵਾਸ਼ ਹੋ ਜਾਂਦੇ ਆ, ਤੁਹਾਡੇ ਜਿਹੜੇ ਵੀ ਡਰਾਈ ਕਲੀਨ ਦੇ ਤੁਹਾਡੇ ਪੈਸੇ ਉਹ ਇਸ ਤੇ ਬਚਾਉਂਦੀ ਹੈ ਮਸ਼ੀਨ। ਤੇ ਫਿਰ ਜੈਂਟਲ 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 ਵਾਸ਼ ਕਰਦੀ ਆ। ਤੁਸੀਂ ਇੱਕ ਵਾਰੀ ਦਿਖਾ ਵੀ ਦਿਓ ਇਹਨੂੰ ਬਾਹਰ ਕੱਢ ਕੇ, ਇੱਕ ਵਾਰੀ ਥੋੜਾ ਜਿਹਾ ਬਾਹਰ ਕੱਢ ਕੇ ਡੈਮੋ ਵੀ ਦਿਖਾ ਦਿਓ ਸਾਡੀਆਂ ਭੈਣਾਂ ਲਈ, ਕਿਉਂਕਿ ਇਹ ਬਹੁਤ ਇੰਪੋਰਟੈਂਟ। ਇਹਨੂੰ ਜੈਂਟਲ ਵਾਸ਼ ਕਹਿੰਦੇ ਆ ਜੀ, ਜੈਂਟਲ ਵਾਸ਼। ਇਹ ਪਾਣੀ ਪਰਸੇਲਟਰ ਨਾਲ ਸੂਟ ਨੂੰ ਅਟੈਚ ਨਹੀਂ ਹੋਣ ਦਿੰਦਾ, ਤਾਂ ਨਾ ਮੋਤੀ ਝੜਨਗੇ, ਨਾ ਸ਼ੀਸ਼ੇ ਟੁੱਟਣਗੇ, ਨਾ ਐਮਬੋਂਡਰਿੰਗ ਜਿਹੜੀ ਹੁੰਦੀ ਆ ਉਹ ਖਰਾਬ ਹੋਵੇਗਾ, ਤੁਹਾਡਾ ਸੂਟ ਚਮਕ ਦਮਕ ਕੇ ਬਾਹਰ ਨਿਕਲੇਗਾ। ਮੰਨ ਲਓ ਪਿਛਲੇ ਵਿਆਹ 'ਚ ਤੁਸੀਂ ਕਿਤੇ ਸੂਟ ਪਾਇਆ, ਫਿਰ ਮੋੜੇ ਕਿਸੇ ਹੋਰ ਦੇ ਵਿਆਹ 'ਚ ਪਾਉਣ ਲੱਗਿਆ, ਪਤਾ ਹੀ ਨਹੀਂ ਲੱਗਣਾ ਕਿ ਧੋ ਕੇ ਦਵਾਰ 'ਤੇ ਪਾਇਆ। ਡਰਾਈਵਿੰਗ ਦੇ ਪੈਸੇ ਪੂਰੇ ਬਚਣਗੇ ਤੁਹਾਡੇ। ਤੇ ਮਤਲਬ ਜਿਹੜੇ ਕਈ ਵਾਰ ਜੈਕਟਸ ਹੁੰਦੀਆਂ ਆ, ਤੁਸੀਂ ਜਿਹੜੇ ਮਹਿੰਗੇ ਕੱਪੜੇ ਤੁਸੀਂ ਸਾਰੇ ਧੋ ਸਕਦੇ ਇਹਦੇ ਵਿੱਚ, ਠੀਕ ਹੈ ਜੀ। ਸਸਤੇ ਵੀ ਧੋ ਲਾਂਗੇ, ਜੈਂਟਲ ਵਾਲੇ 'ਚ, ਜੈਂਟਲ ਵਾਸ਼ ਕਹਿੰਦੇ ਇਹਨੂੰ, ਉਹਦੇ ਵਿੱਚ ਸਸਤੇ ਤੁਸੀਂ ਧੋ ਸਕਦੇ, ਸਿੱਧਾ ਮਰਜ਼ੀ ਧੋ ਸਕਦੇ ਜੀ ਜੀ ਜੀ। ਦੋ ਮੋਡਲ ਆ ਗਏ, 10 ਕਿਲੋ ਤੋਂ 11 ਕਿਲੋ। ਇਹਦੇ ਨਾਲ ਫ੍ਰੀ ਕੀ ਹੈ ਜੀ? ਇਹਦੇ ਨਾਲ ਤੁਹਾਨੂੰ ਫਿਲਿਪਸ ਦੀ ਐਡ ਆਇਰਨ ਮਿਲ ਜਾਏਗੀ, ਅਪ ਟੂ ਇਹ 'ਚ 6,000 ਤੱਕ ਦਾ ਕੈਸ਼ਬੈਕ ਵੀ ਮਿਲੇਗਾ ਤੁਹਾਨੂੰ। 6,000 ਦਾ ਅਪ ਟੂ ਕੈਸ਼ਬੈਕ ਬੈਕ ਮਿਲੇਗਾ ਇਹਦੇ ਵਿੱਚ, ਨਾਲ ਸੈਂਡਵਿਚ ਮੇਕਰ, ਠੀਕ ਹੈ ਜੀ। ਹਾਂ, ਇਹਦੀ MRP 44,900 ਤੇ ਨਾਲ ਆਫਰ ਪ੍ਰਾਈਸ 33,990 ਰੁਪਏ, ਉਹਦੇ ਵਿੱਚੋਂ ਕ੍ਰੈਡਿਟ ਕਾਰਡ ਤੇ 6,000 ਤੱਕ ਦਾ ਕੈਸ਼ਬੈਕ। ਮੈਂ ਪਰਿਵਾਰਕ ਮੈਂਬਰਾਂ ਨੂੰ ਕਹਿਣਾ ਚਾਹੁੰਦਾ, ਤੁਸੀਂ ਇਹਨੂੰ ਛੱਡ ਦਿਓ, ਤੁਸੀਂ ਇੱਥੇ ਫੋਕਸ ਕਰਨਾ 33,000। ਮਤਲਬ 33 ਤਾਂ ਸਾਨੂੰ ਪਤਾ, 33 ਵਾਲਾ ਤਾਂ ਪਾਸ ਆ, 33,990 ਕਹਿੰਦੇ ਆ। ਤੁਸੀਂ 1, 2, 3, 4, 5, 9, 10 ਵਾਰੀ ਸ਼ੇਅਰ ਕਰਕੇ ਹੈ ਨਾ, ਆਪਾਂ 33,000 ਤੱਕ ਸੋਢੀ ਸਾਹਿਬ ਤੋਂ ਲੈ ਜਾਣੀ ਹੈ, ਜੇ ਨਹੀਂ ਦੋਗੇ ਮੈਨੂੰ ਫੋਨ ਕਰ ਦਿਓ, ਆਪਾਂ 33 'ਚ ਹੀ ਦੇਣੀ ਆ। 6,000 ਦਾ ਕੈਸ਼ਬੈਕ ਵੀ ਹੈ ਜੀ ਨਾਲ, ਚਲੋ ਫਿਰ ਹੋਰ ਘੱਟ ਗਏ, ਹੋਰ ਫਾਇਦੇ, ਹੋਰ ਮੁਨਾਫੇ, ਹੋਰ ਫਾਇਦੇ, ਹੋਰ ਲਾਭ ਲੈ ਲਓ ਜੀ। ਆਹ ਗਿਫਟਸ ਦੇ ਨਾਲ ਸ਼ਾਈਨ ਸਟਾਰ ਕੰਪਨੀ ਦੇ ਸੈਂਡਵਿਚ ਮੇਕਰ ਤੇ ਫਿਲਿਪਸ ਦੀ ਐਡ ਆਇਰਨ ਆਈ ਨਹੀਂ ਇਹਨਾਂ ਨੂੰ, ਟੌਪ ਨੌਚ ਨੇ ਦੋਵੇਂ। ਨੈਕਸਟ ਕੀ ਹੈ ਜੀ, ਕਿਉਂਕਿ ਆਪਾਂ
बहुत सारी आइटम्स दिखानी है, जल्दी जल्दी दिखानी है। तो सोंदी साहब हुण मैं तुहाडे तों सवाल लैणा कि ये कंपनी कीड़ी है। सर ये IFB कंपनी आ जाती है जी, 10 किलो की वाशिंग मशीन है जी, ये 4 ईयर कंप्लीट वारंटी, 10 साल की मोटर की वारंटी, 10 साल तक स्पेयर पार्ट्स मिलने की भी इन्हों की गरंटी है। ज्यादातर ब्रांड कह देते हैं जी 5 साल हो गए अपने को स्पेयर है नहीं, यह अजिही कंपनी है जी 10 साल तक स्पेयर पार्ट्स भी प्रोवाइड कराती है। अच्छा रब ना करे कोई दिक्कत आ जाती है, आप कंपनी की गल नहीं कर रहे, आप गौरव सोंधी की गल करते, उन्होंने गरंटी है? बिल्कुल है जी। तो आप जी इधर डिस्काउंट देखिए, डिस्काउंट तो बहुत ज्यादा इतने 40,990 वाली सिर्फ 1200 रुपए की एक छोटी जी आसान किश्त से एडी वड्डी वाशिंग मशीन अपने घर अपने घर जा सकते हो। अश्योर्ड गिफ्ट्स भी ने और मुनाफे ही मुनाफे है जी। सर सर इस तो बाद मेरे को वर्लपूल कंपनी की 9.5 किलो की वाशिंग मशीन हाइड्रोलिक लगती है। हाँ जी हाइड्रोलिक है जी। वेरी गुड जी। सर दस दो विशेषतावां जी। सर 33,700 रुपए का प्राइस है जी, इस वेल ऑफर प्राइस 28,500 रुपए है जी, 54 रुपए की रोज की आसान किश्त से अपने घर ले सकते हो। बचाना भी है तुसी कुछ कि नहीं? 6-6, 7-7 हज़ार असीं तां डिस्काउंट मैक्सिमम डिस्काउंट देने हैं जी। ऑर्डर ज्यादा तो नहीं देता पिछे के ज्यादा सामान खरीद लिया जी। बहुत बहुत चलो ਤੁਹਾਡਾ ਵੀ ਸਾਰਾ ਬੈਨੀਫਿਟ ਕਰਾਣਾ। ਤੁਹਾਡਾ ਵੀ ਬੈਨੀਫਿਟ, ਕਸਟਮਰ ਦਾ ਬੈਨੀਫਿਟ ਦੋਨਾਂ ਦੇ ਹੋਣਗੇ ਜੀ। ਜੀ ਇਹਦੇ ਨਾਲ ਵੀ ਸ਼ੋਰਟ ਗਿਫਟ ਮਿਲੂਗਾ ਜੀ ਤੁਹਾਨੂੰ, ਸੈਂਡਵਿਚ ਮੇਕਰ ਜਾਂ ਫਿਲਿਪਸ ਦੀ ਡਰਾਈ ਆਇਰਨ ਜੀ। ਜੀ ਸਰ 10 ਸਾਲ ਦੀ ਵਾਰੰਟੀ ਦੇ ਨਾਲ ਜੀ, ਸੋਂਦੀ ਸਾਹਿਬ ਦੀ ਵੀ ਗਾਰੰਟੀ ਨਾਲ ਹੀ ਹੈ ਜੀ। ਗੌਰਵ ਭਾਜੀ ਤੁਹਾਡੇ ਨਾਲ ਮੈਂ ਗੱਲ ਕਰ ਲਈ, ਮੈਂ ਚਾਹੁੰਦਾ ਇੱਕ ਵਾਰ ਫਿਰ ਤੋਂ ਸੌਰਵ ਭਾਈ ਨਾਲ ਗੱਲਬਾਤ ਕਰਮਾ ਜੀ। ਜੀ ਸੌਰਵ ਵੀ ਦਿਖਾਓ ਕਿਹੜੇ ਕਿਹੜੇ ਪ੍ਰੋਡਕਟ ਦਿਖਾਣ ਵਾਲੇ ਆ ਜੀ। ਇੱਕ ਤੁਹਾਨੂੰ ਦਿਖਾ ਰਹੇ ਆ ਨਿਊ ਲਾਂਚ ਵਾਸ਼ਿੰਗ ਮਸ਼ੀਨ। ₹1,999 की आसान किश्त घर लेके जा सकते हैं। ठीक है जी। फ्रंट लोड 1999, टॉप लोड 1499। अच्छा हैंडल बहुत अच्छा, हैंडल देखो यूज करके देखो, चला के देखो एक बारी, स्मूथ है, स्मूथ है। हां इसी भी जेंटल वॉश है। वेरी नाइस, वेरी नाइस। अच्छा इसी भी जेंटल वॉश, जेंटल विद वाईफाई मॉडल है। तुसी अपने फोन तो वाईफाई ने अटैच करके जेंटल वॉश दी ऑप्शन दबनी है, इन्हें ऑप्शन दबनी है फोन तो। ये जेंटल वॉश दा बोलण दी किच दी कोई लोड नहीं, फोन तो ही ऑर्डर देना ते इन्हें तुहाडी जेंटल वॉश कर देनी है। स्मार्ट लोक स्मार्ट चॉइस करते जी। सर होर इस तेते 6,000 तक का कैशबैक है जिस रेंज है 46,900, ऑफर प्राइस 39,500 प्लस 6,000 का कैशबैक। लो जी इतने 33-33 हुई पी, असी 32 वाले हाँ, सोंदी साहब ने 33-33 किया पाया। स्मार्ट टॉप नोच बिल्कुल लेटेस्ट वॉशिंग मशीन तुम्हें 33-33 हज़ार से मिल जाने, मतलब पास हो गई सारिया जी। सर तो इस तो अलावा अपने को वर्लपूल, IFB, LG सारे ब्रांड मौजूद ना, और सर्टिफाइड ब्रांड ने, टॉप नोच ब्रांड ने, अच्छे ब्रांड ने। ਆਪਾਂ ਹੋਰ ਕੀ ਕੀ ਦਿਖਾਣਾ ਜੀ ਇਹਦੇ ਨਾਲ? ਵਾਸ਼ਿੰਗ ਮਸ਼ੀਨ ਦੇ ਨਾਲ ਅੱਛਾ ਗਿਫਟ ਵੀ ਦੇ ਰਹੇ, ਗਿਫਟ ਮੌਜੂਦ ਹੈ, ਇੰਡਕਸ਼ਨ ਕੁੱਕਰ, ਠੀਕ ਹੈ ਜੀ, ਫੈਬੀਆਨੋ ਦਾ, ਠੀਕ ਹੈ ਜੀ, ਬਿਲਕੁਲ ਫ੍ਰੀ। ਮੈਂ ਨਾਲ ਦੀ ਨਾਲ ਦੇਖ ਪਾ ਰਿਹਾ ਸੁਣਦੇ ਸਾਹਿਬ, ਬੜੇ ਤੁਹਾਨੂੰ ਅਵਾਰਡ ਵਗੈਰਾ ਬਹੁਤ ਮਿਲੇ ਹੋਏ ਆ, ਬੈਸਟ ਸੇਲਸ ਅਵਾਰਡ। ਅੱਛਾ ਸੇਲਸ ਅਵਾਰਡ ਤਾਂ ਹੀ ਮਿਲਦੀ ਕਸਟਮਰ ਸੈਟੀਸਫਾਈਡ ਹੋਣ? ਬਿਲਕੁਲ ਜੀ, ਕਸਟਮਰ ਦਾ ਪਿਆਰ ਸਾਨੂੰ ਮਿਲਿਆ, ਪੂਰਾ ਸਹਿਯੋਗ। ਅੱਛਾ ਤੁਸੀਂ ਅਸੀਂ 32 ਤੁਸੀਂ 33 ਵਾਲੇ ਹੋਗੇ ਕਿਉਂਕਿ ਤੁਹਾਡਾ ਪ੍ਰਾਈਸ 33 ਤੇ ਅੱਗੇ ਟਿਕ ਗਿਆ, 32 ਵਾਲੀ ਵੀ ਕੋਈ ਚੀਜ਼ ਦਿਖਾਓ। 32 इंच LED ਤੁਹਾਨੂੰ ਦਿਖਾ ਦਿੰਨੇ ਆ। 32 इंच LED 6,990 ਰੁਪਏ ਦੇ ਵਿੱਚ 1 ਸਾਲ ਦੀ ਵਾਰੰਟੀ ਦੇ ਨਾਲ। ਝੂਠ ਨਹੀਂ ਚੱਲਣਾ, ਝੂਠ ਬਿਲਕੁਲ ਨਹੀਂ ਬੋਲਣਾ। 6,990 ਰੁਪਏ 32 इंच। ਮੈਂ ਇਹ ਕਹਿ ਕੇ ਆਇਆ ਕੀਮਤ ਸੀਮਤ ਹੈ, ਮੈਂ ਇਹ ਨਹੀਂ ਕਹਿ ਕੇ ਕਿ ਫ੍ਰੀ ਦੇ ਮੁੱਲ ਤੇ, ਫ੍ਰੀ ਦੇ ਮੁੱਲ ਤੇ ਦੇ ਦੇਣੀ ਹੈ ਜੀ ਇਹਦੀ 6,990 ਰੁਪਏ ਦੀ 1 ਸਾਲ ਦੀ ਵਾਰੰਟੀ ਦੇ ਨਾਲ। 32 इंच 6,990 ਦੀ ਕਿਤੇ ਨਹੀਂ ਮਿਲਣੀ ਸੱਚੀ, ਜਿੱਥੇ ਮਰਜ਼ੀ ਘੁੰਮ ਲਿਓ। ਮੈਂ ਬਹੁਤ ਵੀਡੀਓਜ਼ ਕਰ ਚੁੱਕਾ, ਕਈ ਸਾਲਾਂ ਤੋਂ ਕਰਦਾ, ਆ ਰੇਟ ਕਦੇ ਨਹੀਂ ਮਿਲਿਆ। 6,990 रुपए वाली नाल 25 लीटर का गीजर फ्री। अच्छा ये तो बहुत मैं कहना इंप्रेसिव, तुसी जिहड़ी ऑफर ला दित्ती आ 43 इंच की जिहड़ी LED आ
एयर फ्रायर बिल्कुल फ्री दिता जाऊगा। तुसी 900 रुपया भुल जाओ, फोकस ना करो 34,000 से फोकस करो। आप 32-33 34 हो गया, 900 से फोकस नहीं करना। जी सर, इस तो अलावा मेरे को LG पैनासोनिक सैमसंग लॉयड कंपनी दी एलईडियां जी बहुत वधिया डिस्काउंटेड रेट दे उत्ते उपलब्ध है जी। मतलब एहो जे रेट तुहानू होर किते नहीं मिलने। मैं पहले दस्या कीमत सीमत, सोंडी साहब कीमत सीमत जी। ਇਹ ਸ਼ਾਈਨ ਸਟਾਰ ਦਾ ਏਅਰ ਫਰਾਇਰ ਤੁਹਾਨੂੰ ਪੈਨਾਸੋਨਿਕ ਦੀ 43 ਇੰਚ ਦੇ ਨਾਲ ਬਿਲਕੁਲ ਫ੍ਰੀ ਹੈ ਜੀ। ਅੱਛਾ, ਇਹਦੀ ਅਸ਼ਿਓਰ ਗਿਫਟ ਹੈ। ਇਹਦੀ ਕੀਮਤ ਕਿੰਨੀ ਆ? 5799 ਰੁਪਏ ਕੀਮਤ ਦਾ ਏਅਰ ਫਰਾਇਰ ਲੈ ਫਿਰ ਟੌਮ ਫ੍ਰੀ ਦਾ ਹੋ ਤਾਂ ਫਿਰ ਐਲਈਡੀ ਤਾਂ ਮਤਲਬ 27,000 ਦੇ ਲਗਭਗ ਪੈ ਗਈ। ਬਸ ਜੀ ਬਸ, ਜੇ ਨਾਲ ਫ੍ਰੀ ਤੁਸੀਂ ਲੈਣੇ ਹੋ ਇਹਨੂੰ ਕੀਮਤ ਕਾਊਂਟ ਕਰਦੇ ਹੋ। ਹਾਂਜੀ ਜੀ ਜੀ। ਅੱਛਾ, ਕੋਈ ਇੱਦਾਂ ਵੀ ਕਹਿ ਸਕਦਾ ਕਿ ਮੈਨੂੰ ਆਹ ਨਾ ਦਿਓ? ਉਹਦੇ ਅਕੋਰਡਿੰਗਲੀ ਆਪਾਂ ਕਸਟਮਰ ਦੇ ਅਕੋਰਡਿੰਗਲੀ ਚੋਇਸ ਬਣਾ ਦਵਾਂਗੇ। ਚੋਇਸ ਬਣਾਵਾਂਗੇ। ਮੇਰੇ ਕੋਲ ਘਰੇ ਹੈ ਪ੍ਰੋਡਕਟ, ਕੁਝ ਹੋਰ ਲੈਣਾ ਚਾਹੁੰਦਾ ਤਾਂ ਉਹਦੇ ਹਿਸਾਬ ਨਾਲ ਐਡਜਸਟ ਕਰਾਂਗੇ। ਉਹਦੇ ਪੈਰਲਲ ਜਿਹੜਾ ਕੀਮਤ ਪੈਰਲਲ ਜੀ ਹੋਵੇ। ਬਿਲਕੁਲ ਜੀ ਜੀ ਸਰ। ਸਰ ਨੈਕਸਟ ਜੀ, ਨੈਕਸਟ ਇਸ ਵਿੱਚ ਮੇਰੇ ਕੋਲ 55 ਇੰਚ ਦੀ ਐਲਈਡੀ ਜੀ 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 ਚੱਲਦੇ ਰਹੋ ਸਰ। 55 ਇੰਚ ਪੈਨਾਸੋਨਿਕ ਕੰਪਨੀ ਦੀ ਐਲਈਡੀ 67,900 ਰੁਪਏ ਵਾਲੀ 46,900 ਰੁਪਏ ਦੇ ਵਿੱਚ ਜੀ, 6,000 ਤੱਕ ਕੈਸ਼ਬੈਕ, ਏਅਰ ਫਰਾਇਰ ਇਹਦੇ ਨਾਲ ਵੀ ਫ੍ਰੀ ਹੈ ਜੀ। ਸਰ ਮੈਂ ਪਿੱਛੇ ਜਿਹਨੇ 43 ਇੰਚ ਦੀ ਐਲਈਡੀ ਲਈ, ਹੁਣ ਮੈਂ ਪਛਤਾ ਰਿਹਾ ਮੈਂ ਕਿਉਂ ਉਹ ਲੈ ਲਈ। ਪ੍ਰਾਈਸ ਵੱਧ ਦੇ ਦਿੱਤੇ, ਆਹ ਦੇਖੋ ਕਿੰਨੀ ਅੱਛੀ ਕੁਆਲਿਟੀ। ਐਂ ਲੱਗਦਾ ਮੈਂ ਸੱਚੀ ਇੰਗਲੈਂਡ ਨੂੰ ਨੇੜੇ ਹੋ ਕੇ ਦੇਖ ਰਿਹਾ, ਇੰਨੀ ਅੱਛੀ ਕੁਆਲਿਟੀ। ਔਰ ਤੁਸੀਂ ਕਹਿ ਰਹੇ ਹੋ 46,900 ਦੀ? ਬਿਲਕੁਲ 980 ਉੜਾ ਤੇ 3 ਸਾਲ ਦੀ ਕੰਪਲੀਟ ਵਾਰੰਟੀ ਦੇ ਨਾਲ 46,000 ਦੀ ਤੁਸੀਂ ਵੈਸੇ ਕਹਿ ਰਹੇ ਹੋ ਤੇ ਅਪ ਟੂ 6,000 ਕੈਸ਼ਬੈਕ। ਬਿਲਕੁਲ, ਟੈਕਨੀਕਲੀ ਮੈਂ 40,000 ਚ ਆਹ ਜਿਹੜੀ 55 ਇੰਚ ਦੀ ਐਲਈਡੀ ਲੈ ਜਾਂਦਾ ਤਾਂ ਘਰ 'ਚ ਹੀ ਸਿਨੇਮਾ ਬਣ ਜਾਂਦਾ। ਗਲਤੀ ਹੋ ਗਈ ਯਾਰ, ਕਿਤੇ ਹੋਰ ਸ਼ੋਪਿੰਗ ਕਰ ਲਈ। ਸੋਹਣੀ ਸਾਹਿਬ ਐਕਸਚੇਂਜ ਕਰ ਲਓ ਇਹ 'ਚ ਵੀ, ਕੋਈ ਗੱਲ ਨਹੀਂ, ਤੁਹਾਨੂੰ ਵੀ ਕਰ ਦੇਵਾਂਗੇ। ਚਲੋ ਠੀਕ ਹੈ ਜੀ, ਨੈਕਸਟ ਜੀ। ਨੈਕਸਟ ਮੇਰੇ ਕੋਲ ਇਹਦੇ ਵਿੱਚ 65 ਇੰਚ ਦੀ ਐਲਈਡੀ 1,09,900 ਰੁਪਏ ਵਾਲੀ 85,800 ਰੁਪਏ ਦੇ ਵਿੱਚ 3 ਅਸ਼ਿਓਰਡ ਗਿਫਟ ਇਹਦੇ ਨਾਲ ਫ੍ਰੀ ਹੈ ਜੀ। ਏਅਰ ਫਰਾਇਰ, ਡਰਾਈ ਆਇਰਨ, ਸੈਂਡਵਿਚ ਮੇਕਰ, ਇਸ ਐਲਈਡੀ ਦੇ ਵਿੱਚ ਸਾਡਾ 9,000 ਰੁਪਏ ਤੱਕ ਦਾ ਅਪ ਟੂ ਕੈਸ਼ਬੈਕ ਚੱਲ ਰਿਹਾ ਜੀ। ਅੱਛਾ, ਟੈਕਨੀਕਲੀ ਮੈਂ ਇਹਨੂੰ ਸਮਝਾਂ, 33,000 ਦਾ ਸਿੱਧਾ ਸਿੱਧਾ ਫਾਇਦਾ ਹੈ ਕਸਟਮਰ ਨੂੰ। ਬਿਲਕੁਲ, ਕਿਉਂਕਿ ਸਰ ਮੈਂ ਚਾਹੁੰਦਾ ਕਿ ਹੁਣ ਆਪਾਂ ਨਾ ਸਵਿਫਟਲੀ ਤੇਜ਼ੀ ਤੇਜ਼ੀ ਨਾਲ ਸਾਰੀਆਂ ਆਫਰਾਂ ਦਿਖਾ ਦਈਏ, ਹੋਰ ਕੀ ਫੈਸਿਲਿਟੀ ਸਾਰੀਆਂ ਦਿਖਾ ਦਈਏ। ਮੇਰੇ ਕੋਲ ਇਹਦੇ ਵਿੱਚ ਫਰਿੱਜ ਦੀ ਰੇਂਜ ਜਿਹੜੀ ਹੈ 9,200 ਰੁਪਏ ਤੋਂ ਮਿੰਨੀ ਵਾਰ ਫਰਿੱਜ ਅਵੇਲੇਬਲ ਹੈ ਜੀ। ਇਸ ਤੋਂ ਇਲਾਵਾ ਸਿੰਗਲ ਡੋਰ ਫਰਿੱਜ ਦੀ ਰੇਂਜ, ਡਬਲ ਡੋਰ ਫਰਿੱਜ ਦੀ ਰੇਂਜ, ਸਿੰਗਲ ਡੋਰ ਜਿਹੜਾ ਫਰਿੱਜ ਹੈਗਾ ਵਾ ਜੀ 37 ਰੁਪਏ ਦੀ ਰੋਜ਼ ਦੀ ਆਸਾਨ ਕਿਸ਼ਤ ਦੇ ਉੱਤੇ ਉਪਲਬਧ ਹੈ। ਇਹਦੇ ਨਾਲ ਵੀ ਅਸ਼ਿਓਰਡ ਗਿਫਟ ਫਿਲਿਪਸ ਦੀ ਡਰਾਈ ਆਇਰਨ ਦਿੱਤੀ ਜਾ ਰਹੀ ਹੈ ਜੀ। ਡਬਲ ਡੋਰ ਕੋਈ ਵੀ ਮਾਡਲ ਜਿਹੜਾ ਹੈ, ਜਿਵੇਂ ਕਿ 53,400 ਰੁਪਏ ਵਾਲਾ 37,900 ਰੁਪਏ ਦੇ ਵਿੱਚ ਉਪਲਬਧ ਹੈ। ਕੋਈ ਵੀ ਤੁਸੀਂ ਡਬਲ ਡੋਰ ਫਰਿੱਜ ਲੈਂਦੇ ਹੋ ਤਾਂ ਉਹਦੇ ਨਾਲ ਇਹ ਮਿਕਸਚਰ ਗਰਾਈਂਡਰ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮੇਰੇ ਕੋਲ ਸਾਈਡ ਬਾਏ ਸਾਈਡ ਫਰਿੱਜ 95,000 ਰੁਪਏ ਵਾਲੀ 68,000 ਰੁਪਏ ਦੇ ਵਿੱਚ ਉਪਲਬਧ ਹੈ। 2,525 ਰੁਪਏ ਦੀ ਆਸਾਨ ਕਿਸ਼ਤ ਦੇ ਉੱਤੇ ਉਪਲਬਧ ਹੈ। ਵਰਲਪੂਲ ਕੰਪਨੀ ਦਾ ਫਰਿੱਜ 84,650 ਰੁਪਏ ਵਾਲਾ 58,650 ਰੁਪਏ ਦੇ ਵਿੱਚ ਉਪਲਬਧ ਹੈ। ਸਿੰਗਲ ਡੋਰ ਫਰਿੱਜ ਦੀ ਰੇਂਜ ਮੇਰੇ ਕੋਲ 10,990 ਰੁਪਏ ਦੇ ਵਿੱਚ ਅੰਡਰ ਐਕਸਚੇਂਜ ਦੇ ਵਿੱਚ ਉਪਲਬਧ ਹੈ। ਆਪਣੇ ਘਰ ਦਾ ਕੋਈ ਵੀ ਪੁਰਾਣਾ ਫਰਿੱਜ ਲੈ ਕੇ ਆਓ, ਨਵਾਂ ਫਰਿੱਜ ਲੈ ਜਾਓ, 10,990 ਅੰਡਰ ਐਕਸਚੇਂਜ ਦੇ ਵਿੱਚ। ਠੀਕ ਹੈ ਜੀ, ਐਕਸਚੇਂਜ ਦੇ ਨਾਲ 10,900? ਹਾਂਜੀ, ਐਕਸਚੇਂਜ ਆਫਰ ਦੇ ਵਿੱਚ 10,990 ਦੇ ਵਿੱਚ, ਅਦਰਵਾਈਜ਼ ਮਹਿੰਗਾ ਆ। ਹਾਂਜੀ, ਉਸ ਤੋਂ ਬਾਅਦ ਮੇਰੇ ਕੋਲ ਚਿਮਨੀਆਂ 6,800 ਰੁਪਏ ਦੀ ਰੇਂਜ ਤੋਂ ਸਟਾਰਟ ਹੋ ਜਾਂਦੀ ਹੈ ਜੀ। ਅਲੱਗ ਅਲੱਗ ਮਾਡਲ ਇਹਨਾਂ ਵਿੱਚ 2 ਫੁੱਟ, 2.5 ਫੁੱਟ, 3 ਫੁੱਟ ਹੀ ਉਪਲਬਧ ਹੈ ਜੀ। ਚੁੱਲ੍ਹੇ ਦੇ ਵਿੱਚ ਆਪਣੇ ਕੋਲ ਪੂਰੀ ਰੇਂਜ ਮਿਲ ਜੂਗੀ ਜੀ, 3 ਬਰਨਰ, 4 ਬਰਨਰ। ਇਸ ਤੋਂ ਬਾਅਦ ਮੇਰੇ ਕੋਲ ਆਰ ਓ ਫਿਲਟਰ ਜੀ 4,990 ਰੁਪਏ ਤੋਂ ਉਪਲਬਧ ਹੈ ਜੀ। ਜੀ, ਗੀਜ਼ਰ ਦੀ ਪੂਰੀ ਰੇਂਜ ਮਿਲ ਜੂਗੀ ਜੀ, 3,490 ਰੁਪਏ ਤੋਂ ਸ਼ੁਰੂ ਹੋ ਕੇ ਕਰਮਟਨ ਦਾ, ਰਿਕੋਲਡ ਦਾ, ਮਾਈਡੀਆ ਕੰਪਨੀ ਦੇ ਗੀਜ਼ਰ ਕਾਫੀ ਵਧੀਆ ਰੇਟ 'ਤੇ, 10-10 ਸਾਲ ਦੀ ਮਾਈਡੀਆ ਕੰਪਨੀ ਦੇ ਗੀਜ਼ਰ ਦੀ ਗਰੰਟੀ ਵੀ ਹੈ। ਇਹ ਸਾਰੀ ਰੇਂਜ ਮਿਲ ਜੂਗੀ। ਰਿਕੋਲਡ ਕੰਪਨੀ ਦੇ ਗੀਜ਼ਰ ਕਾਫੀ ਵਧੀਆ ਹੈ ਜੀ, ਉਹ ਵੀ ਮਿਲ ਜੂਗੇ ਜੀ। ਮਾਈਕਰੋਵੇਵ ਦੀ ਪੂਰੀ ਰੇਂਜ ਮਿਲ ਜੂਗੀ,
IFB ਵਰਲਪੂਲ ਔਰ ਪੈਨਾਸੋਨਿਕ ਦੀ ਜੀ। ਅੱਛਾ ਸੁਣ ਸਾਹਿਬ ਇਹ ਕਿਹੜੀ ਫ੍ਰਿਜ ਹੋਈ ਜੀ? ਇਹ ਫ੍ਰਿਜ ਨਹੀਂ ਜੀ, ਇਹ ਡਿਸ਼ਵਾਸ਼ਰ ਆ ਜਾਂਦਾ ਜੀ। ਜਿਵੇਂ ਆਪਾਂ ਸੁਣਦੇ ਹਾਂ ਕਿ ਪ੍ਰਦੇਸ਼ਾਂ ਵਿੱਚ ਕਿਉਂਕਿ ਸਾਰੇ ਵਰਕਿੰਗ ਹੁੰਦੇ ਆ, ਸਮਾਂ ਨਹੀਂ ਮਿਲਦਾ ਭਾਂਡੇ ਧੋਣ ਦਾ, ਤਾਂ ਇਹਦੇ ਅੰਦਰ ਭਾਂਡੇ ਜਿਹੜੇ ਜੂਠੇ ਪਾਣੀ ਤਾਂ ਧੋ ਕੇ ਸਾਫ਼ ਹੋ ਕੇ ਬਾਹਰ ਆ ਜਾਂਦੇ। ਬਿਲਕੁਲ ਜੀ ਬਿਲਕੁਲ। ਪਰ ਆਪਾਂ ਹਾਲੇ ਤੱਕ ਇਹ ਸੁਣਦੇ ਸੀਗੇ ਕਿ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਆਪਾਂ ਪਾਉਂਦੇ ਹਾਂ, ਡਿਟਰਜੈਂਟ ਪਾ ਦਿੰਦੇ ਹਾਂ, ਕੱਪੜੇ ਧੋ ਕੇ ਸੁੱਕ ਕੇ ਬਾਹਰ ਆ ਜਾਂਦੇ ਆ, ਇਹ 'ਚ ਜੂਠੇ ਭਾਂਡੇ ਪਾ ਦੇਣੇ, ਮਾਂਜ ਵੀ ਆਪੇ ਹੋ ਜਾਣੇ, ਧੋ ਵੀ ਆਪੇ ਇਹਨੇ ਸੁਕਾ ਕੇ ਬਾਹਰ ਕੱਢ ਦੂ। ਬਿਲਕੁਲ ਜੀ। ਅਤੇ ਇਹਦਾ ਫਿਰ ਡਿਸ਼ਵਾਸ਼ਰ ਦਾ ਪ੍ਰਾਈਸ ਕੀ ਆ ਜੀ? ਇਹ ਸਰ 28,990 ਰੁਪਏ ਦੇ ਵਿੱਚ ਉਪਲਬਧ ਹੈ ਜੀ, ਇੱਕ ਸਾਲ ਦੀ ਗਰੰਟੀ ਦੇ। ਸੋਨੀ ਸਾਹਿਬ ਚੈੱਕ ਕਰ ਲਓ ਕਿਤੇ ਮਿਸ ਪ੍ਰਿੰਟ ਤਾਂ ਨਹੀਂ, ਗਲਤ ਨਹੀਂ ਲਿਖਿਆ, ਕਿਉਂਕਿ ਬਾਜ਼ਾਰ 'ਚ ਤਾਂ 40-45-35 ਤੱਕ ਗੱਲ ਬਣਦੀ ਹੈ, ਤੁਸੀਂ 28,000 ਤੱਕ ਹੀ ਜਾਂਦੇ। ਸਿਰਫ ਦਿਵਾਲੀ ਆਫਰ ਦੇ ਵਿੱਚ ਆਪਾਂ ਦੇ ਰਹੇ ਹਾਂ ਇਸ ਪ੍ਰਾਈਸਿੰਗ ਦੇ ਵਿੱਚ 28,990 ਰੁਪਏ ਦੇ ਵਿੱਚ ਉਪਲਬਧ ਹੈ। ਠੀਕ ਹੈ ਜੀ। ਤਾਂ ਜਰਮ ਪ੍ਰੋਟੈਕਸ਼ਨ ਵੀ ਇੱਥੇ ਲਿਖਿਆ, ਤੁਸੀਂ ਟਰਸਟ ਕਰ ਸਕਦੇ ਹੋ, ਸਰਟੀਫਾਈਡ ਹੈ ਜੀ। ਬਿਲਕੁਲ ਜੀ। ਏਸੀ ਦੀ ਗੱਲ ਕਰ ਲਈ ਆਪਾਂ, ਏਸੀ ਦੇ ਵਿੱਚ ਮੇਰੇ ਕੋਲ ਹੋਟ ਐਂਡ ਕੋਲਡ ਏਸੀ ਮਿਲ ਜਾਊਗਾ ਜੀ। ਜੀ। ਪੈਨਾਸੋਨਿਕ ਕੰਪਨੀ ਦਾ ਏਸੀ, ਡਾਈਕਨ ਦਾ ਏਸੀ, ਹਾਇਰ ਦਾ ਏਸੀ, ਲੋਇਡ ਦਾ ਏਸੀ। ਜਿਵੇਂ ਕਿ ਪੈਨਾਸੋਨਿਕ ਕੰਪਨੀ ਦਾ ਏਸੀ 62,900 ਰੁਪਏ ਵਾਲਾ 46,900 ਰੁਪਏ ਦੇ ਵਿੱਚ 7-in-1 ਕਨਵਰਟੇਬਲ, ਸਰਦੀਆਂ 'ਚ ਗਰਮ ਅਤੇ ਗਰਮੀਆਂ 'ਚ ਠੰਡਾ। ਠੀਕ ਹੈ ਜੀ। ਤੁਸੀਂ ਪਹਿਲਾਂ ਵੀ ਐਡ ਸੁਣੀ ਹੋਣੀ ਹੋ, ਸਰਦੀ ਹੋਵੇ ਗਰਮ ਅਤੇ ਗਰਮੀ ਹੋਵੇ ਠੰਡੇ। ਉਸ ਤੋਂ ਬਾਅਦ ਡਾਈਕਨ ਕੰਪਨੀ ਦੇ ਵਿੱਚ 67,200 ਰੁਪਏ ਵਾਲਾ 48,900 ਰੁਪਏ ਦੇ ਵਿੱਚ। ਅੱਛਾ, ਗਰਮੀਆਂ ਨਾਲੋਂ ਸਸਤੇ ਹੋਏ ਹੈ? ਗਰਮੀਆਂ ਨਾਲੋਂ ਕਾਫ਼ੀ ਵਧੀਆ ਡਿਸਕਾਊਂਟ ਦਿੱਤਾ ਜੀ ਇਹਦੇ ਵਿੱਚ। ਹਾਂਜੀ ਜੀ। ਬੇਸਿਕ ਜਿਹੜਾ ਮਾਡਲ ਹੈਗਾ ਸਾਡੇ ਕੋਲ 36,900 ਰੁਪਏ ਤੋਂ 1.5 ਟਨ ਦਾ ਏਸੀ ਸਟਾਰਟ ਹੋ ਜਾਣਾ ਜੀ। ਜੀ ਸਰ। ਉਸ ਤੋਂ ਇਲਾਵਾ ਸਾਡੇ ਕੋਲ ਵਾਸ਼ਿੰਗ ਮਸ਼ੀਨਸ ਟੀ ਸੀਰੀਜ਼, ਤੁਸ਼ੀਬਾ, ਵਰਲਪੂਲ, LG, ਸਾਰੀ ਗੋਦਰੇਜ, ਸਾਰੀ ਰੇਂਜ ਅਵੇਲੇਬਲ ਹੈ। ਕੂਲਰਸ ਵਗੈਰਾ, ਉੱਪਰ ਪ੍ਰੈਸ, ਚੁੱਲ੍ਹੇ ਅਤੇ ਛੋਟੇ ਫਰਿੱਜ। ਇਸ ਤੋਂ ਇਲਾਵਾ ਸਾਡੇ ਕੋਲ 90 ਲੀਟਰ ਵਾਲੀ ਛੋਟੀ ਫਰਿੱਜ ਵੀ ਅਵੇਲੇਬਲ ਹੈ। ਇਸ ਨਾਲ ਅਸੀਂ ਛੋਟਾ ਸਟੋਰ ਉੱਪਰ ਬਣਾਇਆ ਹੋਇਆ। ਸਾਥੀਓ, ਬਹੁਤ ਖੁਸ਼ ਹੋਈ, ਤੁਹਾਨੂੰ ਜਾਣ ਕੇ ਵੀ ਖੁਸ਼ੀ ਹੋਵੇਗੀ ਕਿ ਸਾਨੂੰ ਪਤਾ ਲੱਗਿਆ ਸੋਨੀ ਸਾਹਿਬ ਪਹਿਲਾਂ ਫਿਲਮਾਂ 'ਚ ਵੀ ਕੰਮ ਕਰਦੇ ਆ। ਇਹ ਕਿਹੜੀ ਫਿਲਮ ਲਈ ਅਵਾਰਡ ਮਿਲਿਆ ਜੀ? ਇਹ ਸਾਨੂੰ ਪੈਨਾਸੋਨਿਕ ਦੀ ਬੈਸਟ ਫਰਿੱਜ ਦੀ ਸੇਲ ਵਾਸਤੇ ਅਵਾਰਡ ਮਿਲਿਆ ਭਾਈ। ਅੱਛਾ, ਫਰਿੱਜਾਂ ਦੀ ਸੇਲ ਵਾਸਤੇ ਮਿਲਿਆ? ਮੈਂ ਕਹਿੰਦਾ ਤੁਸੀਂ ਫਿਲਮਾਂ 'ਚ ਕੰਮ ਕਰਦੇ ਹੋ, ਬੈਸਟ ਸੇਲਸ ਅਵਾਰਡ ਲਿਖਿਆ ਹੋਇਆ। ਜੀ। ਫਰਿੱਜ ਦੇ ਵਿੱਚ ਮਿਲਿਆ, ਏਸੀ ਦੇ ਵਿੱਚ ਮਿਲਿਆ ਜੀ। ਅੱਛਾ, ਐਵੇਂ ਤਾਂ ਨਹੀਂ ਮਿਲਦੇ, ਕਸਟਮਰ ਸੈਟੀਸਫਾਈਡ ਹੋਣ ਤਾਂ ਹੀ ਮਿਲਦੇ? ਬਿਲਕੁਲ ਜੀ, ਕਸਟਮਰ ਨੇ ਪੂਰਾ ਸਹਿਯੋਗ ਦਿੱਤਾ, ਕਸਟਮਰ ਦੇ ਪਿਆਰ ਸਵਰੂਪ ਸਾਨੂੰ ਇਹ ਕੰਪਨੀ। ਅੱਛਾ, ਪਿਛਲੇ ਸਾਲ ਦੀ ਗੱਲ ਕਰੀਏ ਆਪਾਂ, ਤੁਸੀਂ ਤੁਹਾਨੂੰ ਬੈਸਟ ਸੇਲਸ ਅਵਾਰਡ ਮਿਲਿਆ, ਅਤੇ ਜਿਹੜੇ ਕਸਟਮਰ ਹੈ ਉਹਨਾਂ ਦਾ ਰਿਵਿਊ ਕਿਹੋ ਜਿਹਾ ਰਿਹਾ? ਠੀਕ ਸੀ, ਸਾਰੇ ਰਿਵਿਊ ਵਧੀਆ ਸੀਗੇ ਜੀ। ਸੰਤੁਸ਼ਟ ਨੇ? ਬਿਲਕੁਲ ਸੰਤੁਸ਼ਟ ਜੀ। ਅੱਛਾ, ਤੁਹਾਨੂੰ ਤਾਂ ਅਵਾਰਡ ਮਿਲ ਗਿਆ, ਜਿਹੜੇ ਸਾਡੇ ਪਰਿਵਾਰਕ ਮੈਂਬਰ ਘਰ ਬਹਿ ਕੇ ਦੇਖ ਰਹੇ ਆ, ਜਿਨ੍ਹਾਂ ਨੇ ਤੁਹਾਨੂੰ ਇਸ ਕਾਬਲ ਬਣਾਇਆ ਕਿ ਤੁਸੀਂ ਅਵਾਰਡ ਲਓ, ਉਹਨਾਂ ਨੂੰ ਫਿਰ ਆਪਾਂ ਸਪੈਸ਼ਲ ਹੁਣ ਕੀ ਡਿਸਕਾਊਂਟ ਦੇਣਾ? ਕੋਈ ਵੀ ਜਿਹੜੇ ਵੀਡੀਓ ਨੂੰ ਸ਼ੇਅਰ ਕਰਕੇ 10,000 ਤੋਂ ਉੱਪਰ ਰਕਮ ਦਾ ਕੋਈ ਵੀ ਪ੍ਰੋਡਕਟ ਸਾਡੇ ਕੋਲੋਂ ਲੈਂਦਾ ਜੀ, ਉਹਨੂੰ ਮਿਨੀਮਮ 500 ਰੁਪਏ ਦਾ ਡਿਸਕਾਊਂਟ ਦਿੱਤਾ ਜਾਵੇਗਾ। 10,000 ਤੋਂ ਘੱਟ ਰੇਂਜ ਵਾਲਾ ਕੋਈ ਵੀ ਪ੍ਰੋਡਕਟ ਕਸਟਮਰ ਲੈ ਕੇ ਜਾਂਦਾ ਵਾ, ਉਹਨੂੰ ਅਸੀਂ ਆਪਣੇ ਐਂਡ ਤੋਂ ਇੱਕ ਐਡੀਸ਼ਨਲ ਗਿਫਟ ਦੇਵਾਂਗੇ। ਮਤਲਬ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰ ਰਿਹਾ ਸੀ ਕਿ ਪਿਛਲੇ ਉੜਾ ਦਿੱਤੇ, ਤੁਸੀਂ ਉਸ ਗੱਲ ਨੂੰ ਹੁਣ ਉੱਤੇ ਮੋਹਰ ਲਾ ਕੇ ਚੱਕੋ। ਰਬੜ ਦੀ ਮੋਹਰ ਨਹੀਂ ਆ, ਪੱਕੀ ਮੋਹਰ ਲਾ ਦਿੱਤੀ ਕਿ ਪਿਛਲੇ ਆਪਾਂ ਉੜਾ ਦੇਣੇ ਆ। 10,000 ਤੋਂ ਜਿਹੜਾ ਵਧੇਰਾ ਪ੍ਰੋਡਕਟ ਆ ਉਹਦੇ 'ਤੇ ਕਹਿੰਦੇ 500 ਤੋਂ ਲੈ ਕੇ 990 ਜਿਵੇਂ ਗੱਲ ਕਰਕੇ ਆ, ਉਹ ਕਹਿੰਦੇ ਮੋਹਰ ਲਾਤੀ ਅੜਾ ਦੇਵਾਂਗੇ, ਅਤੇ 10,000 ਤੋਂ ਜਿਹੜਾ ਥੱਲੜਾ ਪ੍ਰੋਡਕਟ ਆ ਉਹਦੇ ਵਿੱਚ ਕੋਈ ਐਡੀਸ਼ਨਲ ਗਿਫਟ ਤੁਹਾਨੂੰ ਜ਼ਰੂਰ ਦੇਣਗੇ, ਜਿਹਨੇ ਤੁਹਾਨੂੰ ਖੁਸ਼ੀ ਮਿਲੇ ਕਿ ਔਰ ਮਹਿਸੂਸ ਵੀ ਹੋਵੇ ਕਿ ਅਸੀਂ ਆਪਣੀ ਦੁਕਾਨ 'ਤੇ ਆਏ, ਆਪਣੇ ਸ਼ੋਰੂਮ 'ਤੇ ਆਏ। ਜੀ ਸੁਣ ਸਰ, ਇਸ ਤੋਂ ਇਲਾਵਾ ਮੇਰੇ ਕੋਲ ਓਪੋ, ਸੈਮਸੰਗ ਪ੍ਰੋਡਕਟ ਬਹੁਤ ਹੈ, ਤੁਹਾਡੇ ਕੋਲ ਪ੍ਰੋਡਕਟ ਉਪਲਬਧ ਹੈ ਜੀ ਸਾਰੇ। ਸਾਨੂੰ ਕੀ ਡਿਸਕਾਊਂਟ ਦੋਗੇ ਇੱਥੋਂ ਕੋਈ ਦੋਗੇ? ਆਫ ਕੈਮਰਾ ਗੱਲ ਕਰ ਲਈਏ ਕਿ ਇੱਥੇ ਕਰ ਲਈਏ? ਐਕਸਟਰਾ ਡਿਸਕਾਊਂਟ ਚਾਹੀਦਾ? ਐਕਸਟਰਾ ਦੇ ਦੇਵਾਂਗੇ ਜੀ। ਚਲੋ ਠੀਕ ਹੈ। ਸਾਡੇ ਕੋਲ ਨਗਦ ਅਤੇ ਆਸਾਨ ਕਿਸ਼ਤਾਂ ਦੋਨਾਂ ਦੀ ਸਕੀਮ ਉਪਲਬਧ ਹੈ ਜੀ। ਘੱਟ ਤੋਂ ਘੱਟ ਕਸਟਮਰ ਨੂੰ ਰੇਟ ਮਿਲੂਗਾ। ਬਜਾਜ ਫਾਈਨੈਂਸ ਦੇ ਉੱਤੇ 0% EMI ਦੇ ਉੱਤੇ ਪ੍ਰੋਡਕਟ ਅਵੇਲੇਬਲ ਹੈ। ਸਾਡਾ ਵੀ 9,990 ਦਾ। ਹਾਂਜੀ ਜੀ, ਵੈਰੀ ਗੁੱਡ ਵੈਰੀ ਗੁੱਡ ਜੀ ਸਰ। ਕੋਈ ਕਸਟਮਰ ਆਪਣੇ ਅਕੋਰਡਿੰਗਲੀ ਦੁਕਾਨ ਤੇ ਕਿਸ਼ਤ ਬਣਾ ਕੇ ਦੇਣੀ ਚਾਹੁੰਦਾ, ਦੁਕਾਨ ਤੇ ਕਿਸ਼ਤ ਦੇ ਸਕਦਾ, ਬੈਂਕ ਥਰੂ ਕਰਾਉਣਾ ਚਾਹੁੰਦਾ, ਬੈਂਕ ਥਰੂ ਕਰਾ ਸਕਦਾ, ਸਾਰੀ ਸਕੀਮ ਉਪਲਬਧ ਹੈ ਜੀ। ਬਹੁਤ ਸ਼ੁਕਰੀਆ। ਤਾਂ ਪੇਸ਼ ਹੈ ਜੀ ਤੁਹਾਡੇ ਸਾਹਮਣੇ ਹਮਾਰਾ ਬਜਾਜ, ਆਹ ਲਿਖਿਆ ਬਜਾਜ ਅਤੇ ਆਹ ਖੜੇ ਨੇ ਅਜੇ ਜੀ। ਜੀ ਅਜੇ ਜੀ, ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੱਦਾਂ ਕਿ ਦੁਕਾਨਦਾਰਾਂ ਨੇ ਬਹੁਤ ਸਾਰੀਆਂ ਔਫਰਾਂ ਲਗਾਈਆਂ, ਇੱਦਾਂ ਹੀ ਬਜਾਜ ਨੇ ਵੀ ਔਫਰਸ ਲਗਾਈਆਂ ਆ। ਉਹਦੇ ਵਿੱਚ ਕੀ ਹੈ ਕਿ ਕਸਟਮਰ ਨੂੰ ਈਜ਼ੀ EMI 'ਤੇ ਉਹਨਾਂ ਨੂੰ ਖੁਸ਼ੀਆਂ ਮਿਲ ਸਕੇ, ਉਹ ਪ੍ਰੋਡਕਟ ਖਰੀਦ ਸਕਣ। ਠੀਕ ਹੈ ਜੀ। ਕੀ ਸਹੂਲਤ ਕੀ ਹੈ? ਸਹੂਲਤ ਇੱਦਾਂ ਹੈ, ਬਹੁਤ ਛੋਟੀ ਛੋਟੀ EMI ਆ। ਜੇ ਕਿ ਸਾਨੂੰ ਕਸਟਮਰ ਅੱਗੇ ਵਾਸ਼ਿੰਗ ਮਸ਼ੀਨ ਲਵੇ ਤਾਂ 1,111 ਰੁਪਏ ਦੀ EMI ਆ, ਫਰਿੱਜ ਲਵੇ 1,111 ਦੀ EMI ਆ, AC ਲਵੇ 2,525 ਰੁਪਏ ਦੀ EMI ਆ। ਮਤਲਬ ਬਹੁਤ ਹੀ ਜ਼ਿਆਦਾ ਹੀ ਆਸਾਨ ਕਿਸ਼ਤਾਂ 'ਤੇ। ਡਾਕੂਮੈਂਟਸ ਕਿਹੜੇ ਕਿਹੜੇ ਰਿਕੁਆਇਰਡ ਆ ਸਰ? ਡਾਕੂਮੈਂਟਸ ਦੀ ਗੱਲ ਕਰੀਏ ਤਾਂ ਕਸਟਮਰ ਇੱਕ ਆਪਣਾ ਆਧਾਰ ਕਾਰਡ, ਪੈਨ ਕਾਰਡ ਅਤੇ ਬੈਂਕ ਦਾ ਅਕਾਊਂਟ ਲਿਆਵੇ, ਤੇ ਵਿਦਨ 5 to 7 ਮਿੰਟ ਦੇ ਵਿੱਚ ਕਸਟਮਰ ਫ੍ਰੀ ਕਰ ਦਿੰਦਾ। ਕੋਈ ਖੱਜਲ ਖੁਆਰੀ ਤਾਂ ਨਹੀਂ ਹੁੰਦੀ? ਖੱਜਲ ਖੁਆਰੀ ਕੋਈ ਨਹੀਂ। ਇਹ ਤਾਂ ਨਹੀਂ ਕਿ ਗੇੜੇ ਵੱਜੀ ਜਾਂਦੇ ਆ? ਨਹੀਂ ਨਹੀਂ ਸਰ, ਸੇਮ ਟਾਈਮ ਹੀ ਅਪਰੂਵਲ ਆ ਜਾਂਦੀ। ਉਸੇ ਦਿਨ ਕੰਮ ਹੋ ਜਾਏਗਾ? ਸੇਮ ਟਾਈਮ 'ਚ 10 ਮਿੰਟ 'ਚ ਕਸਟਮਰ ਫ੍ਰੀ ਕਰ ਦਿਆਂਗੇ। ਚਲੋ, ਬਹੁਤ ਚੰਗੀ ਗੱਲ ਹੈ ਜੀ। ਤਾਂ ਸੋਨੀ
बहुत चंगा लगे अजय जी मिल के थोन तो हर बार मिलते ही हैं तो बहुत जो सुभा है मुहब्बत भरपूर है बड़ी मुहब्बत न मिलते हो उम्मीद करते इस बार भी तुम इदा के तीन चार अवार्ड दो तीन चार क्योंकि कंपनियां भी तीन चार पांच सत्त अठ नौ दस भरी फिर घट्टो घट चार अवार्ड चाहिए सर ठीक है सर बहुत शुक्रिया सर पर फिर भी एड्रेस कन्फर्म कर दो सर ओपोजिट कार पार्किंग न्यू मार्केट रेलवे रोड नवांशहर फोन नंबर 9855491501 फोन नंबर स्क्रीन पर चल भी रहा लास्ट में सिर्फ इन्नी गल कहना चाहना कि जे थानू प्रोडक्ट जोड़े आ बड़े अफोर्डेबल प्राइस से मिल रहे थे तो मतलब यह नहीं आ कि प्रोडक्ट जोड़े आवरेज प्रोडक्ट ने इन दी अंदर प्रोडक्ट के टैक्नोलॉजी आ क्वालिटी आ वैल्यू फॉर मनी है और जोड़े स्मार्ट शॉपरस होंगे आ स्मार्ट चॉइसिस बनाते हैं तो घट पैसे वध प्रोडक्ट तो वधिया टैक्नोलॉजी लैके जाते उम्मीद है तुम इतने आओगे और इतने आके जो प्रोडक्ट परचेज करोगे उस तो बाद खुश होकर बाहर जाओगे और जो इस दरवाजे तो बाहर जाओगे उस तो बाद भी तो सौंधी हिसाब न रिश्ता बनया रहे बहुत बहुत शुक्रिया धन्यवाद।